सोचते थे दूर से ही उनका दीदार होगा, सोचते थे दूर से ही उनका दीदार होगा, एक दिन वो इतने करीब होंगे कभी सोचा ना था। प्रोग्राम हमदर्द महफिल देखने वाले सारे दर्शकों नू पुनीत वालों प्यार ते अदब सहित सत श्री अकाल। दोस्तों तुहानू पता ही है कि असी अपने प्रोग्राम दे जरिए किन्ने ही कलाकारां नू तुहाडे रूबरू करते रहिंदे हाँ, ते अज एक ओ शख्सियत मैनू समझ नहीं आती मैं उन्हां नू किद्दां तुहाडे रूबरू करां, क्योंकि जदों उन्हां दी कलम ने कुछ लिखिया तां किन्ने ही हासे बन गए, ते कदे जदों उन्हां दी कलम ने लिखिया तां किन्ने ही दर्दां नू लिख दित्ता। जां इंज कह लईए कि उन्हां दी कलम अंदर कह दिंदे ने कि कुजे 'च समुंदर बंद करन दी जिहड़ी शक्ति हैगी है, ते जिथे उन्हां ने लिखिया ते उत्थे गाया भी, ते दोनों ही खेत्रां विच इन्नी मकबूलीयत हासिल करन तो बाद ते अज साडे स्टूडियो च खास खास तौर ते तशरीफ फरमान ने देबी मखसूसपुरी जी। सत श्री अकाल देबी जी, जी आया नू साडे स्टूडियो च तुहानू। ਪੁਨੀਤਾ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਅਤੇ ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼ੁਕਰਗੁਜ਼ਾਰ ਹਾਂ ਭੁੱਲਰ ਸਾਹਿਬ ਦਾ, ਜਿਹਨੇ ਆਪਣੇ ਸਟੂਡੀਓ ਵਿੱਚ ਬੁਲਾ ਕੇ ਗੱਲਬਾਤ ਕਰਨ ਦਾ ਇੱਕ ਮੌਕਾ ਦਿੱਤਾ। ਜੀ ਬਿਲਕੁਲ ਬਿਲਕੁਲ, ਬਹੁਤ ਸਾਰੇ ਲੋਕਾਂ ਦਾ ਇਹ ਖੁਆਬ ਹੁੰਦਾ ਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਮਿਲਣਾ, ਜਿਨ੍ਹਾਂ 'ਚੋਂ ਮੈਨੂੰ ਲੱਗਦਾ ਮੈਂ ਵੀ ਇੱਕ ਸੀ, ਅਤੇ ਤੁਹਾਡੇ ਗੀਤ ਸ਼ੁਰੂ ਤੋਂ ਤੁਹਾਡੀ ਜਿਹੜੀ ਗੀਤਕਾਰੀ ਆ ਉਹਨੂੰ ਸੁਣਦੇ ਆਏ ਹਾਂ ਨਾ। ਜੀ 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 ਅਤੇ ਤੁਸੀਂ ਪਹਿਲਾਂ ਤਾਂ ਆਪਾਂ ਰਸਮੀ ਸਵਾਲ ਜਿਹੜਾ ਹਰ ਅਸੀਂ ਕਲਾਕਾਰ ਨੂੰ ਪੁੱਛਦੇ ਹਾਂ ਕਿ ਆਪਦੀ ਜਿਹੜੇ ਪਿੱਛੋਂ ਪਿਛੋਕੜ ਅਤੇ ਪਰਿਵਾਰ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਜੀ ਜੀ ਬਿਲਕੁਲ, ਮੇਰਾ ਜਿਹੜਾ ਐਡਰੈਸ, ਮੇਰਾ ਸਰਨਾਮਾ ਉਹ ਮੇਰੇ ਨਾਮ ਵਿੱਚ ਲੁਕਿਆ ਹੋਇਆ। ਜੀ ਦੇਬੀ ਮਖਸੂਸਪੁਰੀ, ਮਖਸੂਸਪੁਰ ਪਿੰਡ ਹੈ ਜੀ, ਜੀ ਇਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਜੀ, ਅਤੇ ਉੱਥੋਂ ਬਚਪਨ ਉੱਥੇ ਰਹੇ ਹਾਂ, ਪੜ੍ਹੇ ਹਾਂ ਕਾਲਜ ਤੱਕ, ਫਿਰ ਯੂਪੀ ਫਾਰਮ ਲੈ ਲਿਆ, ਉੱਥੇ ਚਲੇ ਗਏ, ਫਿਰ ਕੈਨੇਡਾ ਆ ਗਏ, ਅਤੇ ਕੈਨੇਡਾ ਆ ਕੇ ਫਿਰ ਗਾਉਣਾ ਸਟਾਰਟ ਕਰ ਲਿਆ, ਲਿਖਣਾ ਪਹਿਲਾਂ ਸ਼ੁਰੂ ਕਰ ਲਿਆ ਸੀਗਾ ਜੀ ਕਾਲਜ ਪੜ੍ਹਦਿਆਂ, ਅਤੇ ਬਸ ਇਸ ਤਰ੍ਹਾਂ ਹੁਣ ਤੱਕ ਸਿਲਸਿਲਾ ਇਹ ਬਾਦਸਤੂਰ ਚੱਲੀ ਜਾ ਰਿਹਾ ਇੱਕ ਜ਼ੌਕ ਸ਼ੌਕ ਨਾਲ। ਜੀ ਜੀ, ਅਤੇ ਕੈਨੇਡਾ ਜਿਹੜੀ ਲਾਈਫ ਆ, ਹੁਣ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਨਾ, ਕੈਨੇਡਾ ਦੀ ਲਾਈਫ, ਜਦੋਂ ਤੁਸੀਂ ਕੈਨੇਡਾ ਇੱਕਦਮ ਮੂਵ ਹੋਏ ਸੀ, ਕੈਨੇਡਾ ਆਏ ਸੀ, ਅਤੇ ਕਿੰਨਾ ਕੁ ਸਟਰਗਲ ਤੁਹਾਨੂੰ ਕਰਨਾ ਪਿਆ ਉਸ ਇੱਥੇ ਲਾਈਫ ਸਟਾਰਟ ਕਰਨ ਲਈ? ਜੀ ਜੀ ਬਿਲਕੁਲ, ਆਈ ਥਿੰਕ ਜਦੋਂ ਆਪਾਂ ਇੱਕ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਪ੍ਰਵਾਸ ਕਰਦੇ ਨਾ, ਤਾਂ ਉਹ ਲਗਭਗ ਸਾਰੀਆਂ ਮੁਸ਼ਕਲਾਂ ਜਿਹੜੇ ਹੁੰਦੇ ਆ ਉਹ ਇੱਕੋ ਜਿਹੇ ਹੁੰਦੇ ਸਾਰਿਆਂ ਵਾਸਤੇ, ਉਨੀ ਵੀ ਦੇ ਫਰਕ ਨਾ। ਬਿਲਕੁਲ, ਇੱਕ ਨਵਾਂ ਇੱਕ ਨਵੀਂ ਧਰਤੀ ਆ, ਬਿਲਕੁਲ ਇੰਨੀ ਦੂਰ ਹੈ ਨਾ, ਉਹਦੇ ਵਿੱਚ ਆ ਕੇ ਇੱਕ ਲਾਈਫ ਸਟਾਈਲ, ਕਈ ਕੁਛ ਚੇਂਜਸ ਆਉਂਦੀਆਂ। ਹੁਣ ਤਾਂ ਸ਼ਾਇਦ ਕੁਛ ਕਾਫੀ ਨੇੜੇ ਹੋ ਗਿਆ, ਪਰ ਪਹਿਲੀਆਂ 'ਚ ਉਦੋਂ ਜਦੋਂ ਅਸੀਂ ਆਏ ਉਦੋਂ ਵੀ ਸੀਗਾ ਕਿ ਬਹੁਤ ਬਿਲਕੁਲ ਅਸੀਂ ਇੱਕ ਦਿਹਾਤ ਵਾਲੇ ਪੇਂਡੂ ਮੁੰਡੇ ਹੈ ਨਾ ਜੀ, ਅਤੇ ਜਿੱਦਾਂ ਕੱਲ੍ਹ ਕੰਮ ਸੁੱਖ ਨਾਲ ਘੱਟ ਹੀ ਕਰਕੇ ਖੁਸ਼ ਹੁੰਦੇ ਸੀ ਵਿਹਲੇ, ਅਤੇ ਫਿਰ ਇੱਥੇ ਇੱਕਦਮ ਕੰਮ ਨਾਲ ਦੋ ਚਾਰ ਹੋਣਾ ਨਾ ਸਾਰਾ, ਇੱਕ ਪੰਕਚੁਅਲ ਘੜੀ ਦੇ ਨਾਲ ਤੁਰਨਾ ਹੈ ਨਾ, ਅਤੇ ਇੱਕ ਚੀਜ਼ ਬੜਾ, ਔਰ ਇਹ ਚੀਜ਼ਾਂ ਫਿਰ ਹੌਲੀ ਹੌਲੀ ਸਮਝ ਆਉਂਦੀਆਂ ਪਈ ਜਦੋਂ ਫਿਰ ਇਹ ਪੰਕਚੁਅਲਿਟੀ ਕਿੰਨੀ ਜ਼ਰੂਰੀ ਆ, ਔਰ ਕੀ ਇਹਦਾ ਫਾਇਦਾ ਆ, ਔਰ ਇਨਸਾਨ ਦੀ ਜਿਹੜੀ ਤਰੱਕੀ ਆ ਉਹ ਇਹਦੇ ਨਾਲ ਜੁੜੀ ਹੋਈ ਆ ਕਿ ਜਦੋਂ ਅਸੀਂ ਬੰਦਾ ਹਰ ਵੇਲੇ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਜਿੱਦਾਂ ਕਹਿੰਦੇ ਨਾ, ਅਤੇ ਉਹ ਇਹ ਮੁਲਕ ਉਹ ਚੀਜ਼ਾਂ ਸਿਖਾਉਂਦੇ ਬੰਦੇ ਨੂੰ ਹੈ ਨਾ, ਜੇ ਨਹੀਂ ਕੋਈ ਸਾਡੇ ਵਰਗਾ ਸਿੱਖਿਆ ਹੁੰਦਾ ਤਾਂ ਉਹਨਾਂ ਨੂੰ ਫਿਰ ਹਾਂ ਭਾਈ ਇਸ ਟਰੈਕ 'ਤੇ ਆ ਜਾ ਹੈ ਨਾ, ਅਤੇ ਉਹ ਮਤਲਬ ਸੀਗਾ ਬਹੁਤ ਅੱਛਾ ਸੀ, ਕਿਉਂਕਿ ਨਾਲ ਦੀ ਨਾਲ ਫਿਰ ਮੇਰੇ ਸਟਰਗਲਾਂ ਦੋਵੇਂ ਸ਼ੁਰੂ ਹੋ ਗਈਆਂ ਸੀ, ਗਾਉਣ ਦਾ ਵੀ ਇੱਕ ਇੱਥੇ ਸ਼ੁਰੂ ਕਰ ਲਿਆ ਸਿੰਗਿੰਗ ਦਾ, ਅਤੇ ਨਾਲ ਚਲੋ ਕੰਮ ਕਰਨਾ ਜਿਹੜਾ ਵੀ ਨਾ, ਅਤੇ ਉਹ ਫਿਰ ਚੱਲੀ ਗਿਆ ਮਨ ਲਗਾਤਾਰ, ਥੋੜ੍ਹਾ ਜਿਹਾ ਪਹਿਲਾਂ ਲੱਗਦਾ, ਪਰ ਇੱਕ ਮਨ 'ਚ ਤੁਹਾਨੂੰ ਇੱਕ ਲਗਨ ਹੁੰਦੀ ਨਾ ਜਦੋਂ ਕਿਸੇ ਕੰਮ ਦੀ ਵਿਆਹ, ਤੁਹਾਨੂੰ ਕੰਮ ਅੱਛਾ ਲੱਗਦਾ, ਇਹ ਕੋਈ ਕੰਮ ਤੁਹਾਨੂੰ ਸਕੂਨ ਦਿੰਦਾ, ਆਰਟਿਸਟ ਦਾ ਇੱਦਾਂ ਜਦੋਂ ਫਿਰ ਉਹਨੂੰ ਚਾਹੁਣ ਵਾਲੇ ਥੋੜ੍ਹੇ ਜੁੜ ਜਾਂਦੇ ਆ, ਆਡੀਅੰਸ ਜੁੜ ਜਾਂਦੇ ਆ, ਜਾਂ ਕੁਛ ਸਪੋਰਟ ਕਰਨ ਵਾਲੇ ਉਹਦੀ ਫੈਮਿਲੀ, ਉਹਦੇ ਨੇੜਲੇ ਦੋਸਤ ਮਿੱਤਰ ਹੈ ਨਾ, ਤਾਂ ਆਈ ਥਿੰਕ ਉਹ ਕਿਸੇ ਹੱਦ ਤੱਕ ਸੌਖਾ ਹੋ ਜਾਂਦਾ, ਉਹ ਜਿਹੜੀ ਜਰਨੀ ਆ ਉਹ ਸਫ਼ਰ ਥੋੜ੍ਹਾ ਆਸਾਨ ਹੋ ਜਾਂਦਾ ਜੀ। ਅਤੇ ਪਹਿਲਾ ਗੀਤ ਜਿਹੜਾ ਦੇਬੀ ਮਖਸੂਸਪੁਰੀ ਜੀ ਨੇ ਲਿਖਿਆ ਉਹ ਕਿਹੜਾ ਸੀਗਾ ਪਹਿਲਾ ਗੀਤ? ਜੀ ਜਿਹੜਾ ਲਿਖੇ ਤਾਂ ਕੁਛ ਹੋਰ ਵੀ ਹੋਣਗੇ ਮੈਨੂੰ ਇਹਦੇ ਤੋਂ ਦਲੇ ਯਾਦ, ਕਿਉਂਕਿ ਛੋਟੇ ਹੁੰਦੇ ਲਿਖਣਾ ਸ਼ੁਰੂ, ਜੀ ਜੀ ਬਿਲਕੁਲ, ਕਾਲਜ ਪੜ੍ਹਦੇ ਹੁੰਦੇ ਸੀ ਜਦੋਂ, ਉਦੋਂ ਹੀ ਮਤਲਬ ਜਿਹੜੇ ਫਿਰ ਪੜ੍ਹਦੇ ਆ ਤੇ ਜਿਹੜਾ ਰਿਕਾਰਡ ਹੋ ਗਿਆ ਸੀਗਾ ਨਾ, ਉਹ ਮਤਲਬ ਫੋਕ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ 'ਚ ਹੋ ਗਿਆ ਸੀ ਰਿਕਾਰਡ, ਅਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ, ਵੱਡਾ ਸਟੈਪ ਸੀਗਾ, ਕਿ ਉਹਦੇ ਨਾਲ ਫਿਰ ਪਹਿਚਾਣੋ ਮਾਨਕ ਸਾਹਿਬ ਦਾ ਰੁਤਬਾ ਆਪਾਂ ਨੂੰ ਪਤਾ ਕਹਿ ਸਕਦਾ, ਪਹਿਲਾ ਹੀ ਗਾਣਾ ਬਿਲਕੁਲ ਇੰਨੇ ਵੱਡੇ ਆ, ਜੀ ਜੀ ਬਿਲਕੁਲ, ਜਿਹੜੀ ਕੱਲ੍ਹ ਪਹਿਲੇ ਸਿਖਰ ਡੰਡੇ ਨੂੰ ਹੱਥ ਪੈ ਜਾਣਾ ਨਾ, ਜੀ ਜੀ, ਅਤੇ ਉਹ ਸੀਗਾ, ਅਤੇ ਉਹਨਾਂ ਨਾਲ ਫਿਰ ਇੱਕ ਮਤਲਬ ਪਹਿਚਾਣ ਹੋਣੀ ਸ਼ੁਰੂ ਹੋ ਗਈ, ਫਿਰ ਥੋੜ੍ਹੀ ਹੋਰ ਲਗਨ ਵੱਧ ਗਈ, ਕੁਛ ਮਿਹਨਤ ਸ਼ੁਰੂ ਹੋ ਗਈ, ਜਦੋਂ ਤੁਹਾਨੂੰ ਇੱਕ ਮਤਲਬ ਉਹ 'ਚ ਤੁਹਾਨੂੰ ਰਸਤਾ ਦੱਸਣ ਲੱਗ ਜਾਂਦਾ ਨਾ, ਤਾਂ ਬੰਦਾ ਥੋੜ੍ਹੀ ਜਿਹਾ ਫਿਰ ਲਗਨ ਨਾਲ ਉਧਰ ਨੂੰ ਤੁਰ ਪੈਂਦਾ, ਵੀ ਜਨਾਬ ਚਰਨਜੀਤ ਅਹੂਜਾ ਸਾਹਿਬ ਉਹਨਾਂ ਦੇ ਲਗਭਗ ਸਾਰੇ ਹਰ ਆਰਟਿਸਟ ਨੂੰ ਉਹ ਰਿਕਾਰਡ ਕਰਦੇ ਸੀਗੇ, ਤਾਂ ਉਹਨਾਂ ਨਾਲ ਪਹਿਚਾਣ ਹੋ ਗਈ, ਅਤੇ ਦਿੱਲੀ ਸਾਡੇ ਯੂਪੀ ਫਾਰਮ ਜਿਹੜਾ ਮੇਰਠ ਦੇ ਨੇੜੇ ਸੀ, ਉੱਥੋਂ ਨੇੜੇ ਪੈਂਦੇ ਆ, ਵੀ ਅਕਸਰ ਉੱਥੇ ਜਾ ਕੇ ਅਹੂਜਾ ਸਾਹਿਬ ਕੋਲ ਦੋ ਦੋ ਚਾਰ ਚਾਰ ਦਿਨ ਬੈਠੇ ਰਹਿਣਾ, ਸਟੂਡੀਓ ਰਿਕਾਰਡਿੰਗ ਹੁੰਦੀ ਦੇਖੀ ਜਾਣੀ, ਜੋ ਲਿਖਿਆ ਹੋਣਾ ਉਹਨਾਂ ਦੀ ਨਜ਼ਰ ਕਰ ਦੇਣਾ, ਫਿਰ ਉਹਨਾਂ ਨੇ ਤਾਂ ਅਲੱਗ ਅਲੱਗ ਕਲਾਕਾਰਾਂ ਤੋਂ ਜੋ ਵੀ ਜਿਹੜੇ ਵੀ ਉਹਨਾਂ ਕੋਲ ਆਉਂਦੇ ਸੀ ਆਰਟਿਸਟ, ਉਹਨਾਂ ਤੋਂ ਰਿਕਾਰਡਿੰਗ ਹੋਣੀ,
ਜਦੋਂ ਤੁਸੀਂ ਮਤਲਬ ਇੰਡੀਆ ਛੱਡ ਕੇ ਆਏ ਉਦੋਂ ਤੁਸੀਂ ਮਤਲਬ ਵਧੀਆ ਤੁਸੀਂ ਲਿਖਦੇ ਸੀ ਬਹੁਤ ਕਾਫੀ ਤੁਹਾਡੀ ਉਹ ਸੀਗੀ ਹੈ ਨਾ ਤੇ ਪਰ ਤੁਸੀਂ ਜਦੋਂ ਉੱਥੋਂ ਛੱਡ ਕੇ ਆਏ ਤੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਜਿਹੜੇ ਜਿੱਦਾਂ ਸੰਗੀਤ ਜਗਤ ਦੇ ਗੁਰੂ ਤੁਸੀਂ ਅਯੁੱਧਿਆ ਸਾਹਿਬ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਨੀ ਕਿ ਨਹੀਂ ਉਹ ਬੜੀ ਬਿਜ਼ੀ ਲਾਈਫ ਆ ਉਹਨਾਂ ਕੰਟਰੀਆਂ ਦੀ ਕਿਤੇ ਤੁਹਾਡਾ ਟੈਲੈਂਟ ਆ ਜਿਹੜਾ ਗੁਆਚ ਕੇ ਨਾ ਰਹੇ ਜੀ ਇੱਕਦਮ ਤੁਸੀਂ ਇਹ ਗੱਲ ਨੂੰ ਸਟ੍ਰਾਈਕ ਕਰਕੇ ਗੱਲ ਜਦੋਂ ਮੈਂ ਚੜ੍ਹਨਾ ਸੀਗਾ ਫਸਟ ਟਾਈਮ ਆਇਆ ਨਾ ਕੈਨੇਡਾ ਨੂੰ ਮੈਂ ਜਨਾਬ ਹੁਜਾ ਸਾਹਿਬ ਨੂੰ ਨਾ ਭਾਜੀ ਉਹਨਾਂ ਨੂੰ ਸਟੂਡੀਓ ਐਚ ਐਮ ਵੀ ਰਿਕਾਰਡਿੰਗ ਚੱਲਦੀ ਪਈ ਸੀ ਉਹਨਾਂ ਦੀ ਸੁਨੀਲਾ ਜੀ ਦੇ ਪਰਮਿੰਦਰ ਸਿੰਘ ਹੋਰਾਂ ਦੀ ਮੈਂ ਇਹ ਫਤਿਹ ਬੁਲਾਉਣ ਗਿਆ ਵੀ ਮੈਂ ਹੁਣ ਅੱਜ ਰਾਤ ਦੀ ਫਲਾਈਟ ਆ ਮੈਨੂੰ ਜੱਫੀ ਪਾਲੇ ਬੜੇ ਪਿਆਰ ਨਾਲ ਇਮੋਸ਼ਨ ਹੋਇਆ ਕਹਿੰਦਾ ਯਾਰ ਤੈਨੂੰ ਮੈਂ ਰੋਕਦਾ ਤਾਂ ਨਹੀਂ ਹਰ ਬੰਦੇ ਦੀ ਆਪਣੀ ਜ਼ਿੰਦਗੀ ਦੇ ਇੱਕ ਹੁੰਦਾ ਸਿਸਟਮ ਨੂੰ ਵਿੱਚ ਠੀਕ ਹੈ ਮੁਲਕ ਬਹੁਤ ਵਧੀਆ ਆ ਪਰ ਕਹਿੰਦਾ ਜਿਹੜਾ ਮੇਰਾ ਤਜਰਬਾ ਐਜ਼ ਐਨ ਆਰਟਿਸਟ ਇਹ ਆ ਉਹਨਾਂ ਦੀ ਇੱਕ ਡਾਇਲੋਗ ਸੀ ਪਰਟੀਕੁਲਰ ਉਹਨੂੰ ਬੋਲਿਆ ਕਹਿੰਦਾ ਯਾਰ ਉਹ ਧਰਤੀ ਟੈਲੈਂਟ ਨੂੰ ਖਾ ਜਾਂਦੀ ਆ ਔਰ ਕਈ ਟੈਲੈਂਟ ਖਾ ਚੁੱਕੀ ਆ ਹੁਣ ਮੈਂ ਇਹ ਦੇਖਦਾ ਤੂੰ ਕਿੰਨਾ ਚਿਰ ਬਚਦਾ ਮੈਂ ਬੜਾ ਇਕਦਮ ਮੈਂ ਕਿਹਾ ਹੁਣ ਬੜੇ ਐਡੇ ਤਜਰਬੇ ਵਾਲੇ ਬੰਦੇ ਐਡੇ ਗੁਣੀ ਤਾਂ ਉੱਥੇ ਕਹਿੰਦੇ ਯਾਰ ਉੱਥੇ ਟਾਈਮ ਨਹੀਂ ਹੁੰਦਾ ਬੰਦੇ ਨੂੰ ਤੁਹਾਨੂੰ ਟਾਈਮ ਨਹੀਂ ਦੇ ਪਾਉਂਦੇ ਆਪਣੇ ਕਲਾ ਵਾਸਤੇ ਨਾ ਆਰਟ ਲਈ ਅਤੇ ਪਰ ਫਿਰ ਹੱਸਣ ਲੱਗਿਆ ਕਹਿੰਦੇ ਤੁਹਾਡੀ ਜਿਹੜੀ ਗਤੀ ਹੋਣੀ ਇੱਥੇ ਆ ਕੇ ਹੋਣੀ ਮੁੜ ਕੇ ਪੰਜਾਬ 'ਚ ਹਾਂਜੀ ਹੈ ਨਾ ਉਹ ਫਿਰ ਕਿੰਨੇ ਸਾਲਾਂ ਵਜੇ ਸ਼ੁਰੂ ਹੋਏ ਰਿਕਾਰਡਿੰਗ ਕੀਤੀ ਉਹਨਾਂ ਕੋਲ ਪਹਿਲੀ ਰਿਕਾਰਡਿੰਗ ਕੀਤੀ ਉਹ ਕਹਿੰਦੇ ਕਾਕਾ ਤੁਹਾਨੂੰ ਦੱਸਿਆ ਸੀ ਨਾ ਚਲੋ ਮੈਂ ਕਿਹਾ ਜੀ ਹੁਣ ਮਨ 'ਚ ਲਗਨ ਹੈਗੀ ਹੈ ਬਾਕੀ ਕੋਸ਼ਿਸ਼ ਕਰਦੇ ਹਾਂ ਜੇ ਐਕਸੈਪਟ ਹੋ ਗਿਆ ਕੰਮ ਆਡੀਸ਼ਨ ਪਸੰਦ ਆ ਗਿਆ ਹੈ ਨਾ ਜੀ ਟਰਾਈ ਕਰਦੇ ਹਾਂ ਅਤੇ ਚਲੋ ਟੱਚ ਵੁੱਡ ਮਾਲਕ ਦਾ ਕਰਮ ਉਹ ਰਿਕਾਰਡਿੰਗ ਨਾਲ ਫਿਰ ਜਾਣ ਪਛਾਣ ਸ਼ੁਰੂ ਹੋ ਗਈ ਕੰਮ ਫਿਰ ਆਸਤਾ ਆਸਤਾ ਇੰਡੀਆ ਜਾ ਕੇ ਰਿਕਾਰਡਿੰਗ ਕੀਤੀ ਜੀ ਹਾਂ ਉਹਜਾ ਸਾਹਿਬ ਕੋਲ ਪਹਿਲੀ ਰਿਕਾਰਡਿੰਗ ਤੇ ਜਿੱਦਾਂ ਤੁਸੀਂ ਇੱਥੇ ਆ ਕੇ ਵੀ ਸਟਰਗਲ ਕੀਤੀ ਸਾਰੇ ਅਸੀਂ ਸਟਰਗਲ ਕਰ ਕਰਕੇ ਇੱਥੇ ਤੱਕ ਪਹੁੰਚੇ ਹਾਂ ਨਾ ਤੇ ਤੁਸੀਂ ਇੰਡੀਆ ਜਾ ਕੇ ਰਿਕਾਰਡਿੰਗ ਕਰੀ ਹੁਣ ਤੁਸੀਂ ਇੱਥੇ ਵੀ ਸ਼ੋਅ ਕਰਦੇ ਹੋ ਇੰਡੀਆ ਵੀ ਕਰਦੇ ਹੋ ਨਾ ਤੇ ਤੁਸੀਂ ਕੀ ਤੁਹਾਨੂੰ ਕੀ ਫਰਕ ਲੱਗਦਾ ਕਿਉਂਕਿ ਮੋਸਟਲੀ ਜਦੋਂ ਅਸੀਂ ਕਲਾਕਾਰਾਂ ਤੋਂ ਪੁੱਛਦੇ ਹਾਂ ਕਹਿੰਦੇ ਕੈਨੇਡਾ ਦੀ ਜਿਹੜੀ ਬਾਹਰਲੇ ਮੁਲਕਾਂ ਦੀ ਆਡੀਅੰਸ ਆ ਬੜੀ ਸੰਜੀਦਾ ਹੁੰਦੀ ਹੈ ਨਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਨਹੀਂ ਪਲੀਜ਼ ਜੀ ਇਹ ਤਾਂ ਗੱਲ ਮੰਨਣਾ ਮੰਨਣੀ ਪੈ ਗਈ ਕਿਉਂਕਿ ਉੱਥੇ ਜਿਹੜਾ ਪੰਜਾਬ 'ਚ ਅਜੇ ਵੀ ਸਿਸਟਮ ਆ ਉੱਥੇ ਜਿਸ ਤਰ੍ਹਾਂ ਈਵੈਂਟਸ ਹੁੰਦੇ ਰਹਿੰਦੇ ਆ ਖੇਡਾਂ ਦੇ ਟੂਰਨਾਮੈਂਟ ਸੱਭਿਆਚਾਰਕ ਮੇਲੇ ਉੱਥੇ ਮਤਲਬ ਸਾਰਿਆਂ ਨੇ ਆਉਣਾ ਹੁੰਦਾ ਖੁੱਲ੍ਹਾ ਹੀ ਸੱਦਾ ਵੀ ਚਲੋ ਟਾਈਮ ਕੱਢ ਜਿੱਦਾਂ ਵੀ ਕੋਈ ਮੇਲੇ ਜਿਹੜੇ ਮੇਲੇ ਮਸਾਵੇ ਆ ਜਿਹੜੇ ਤਿੱਥ ਤਿਉਹਾਰਾਂ ਨਾਲ ਜੁੜੇ ਮੇਲੇ ਆ ਬੜੇ ਵੱਡੇ ਵੱਡੇ ਈਵੈਂਟ ਹੁੰਦੇ ਉੱਥੇ ਸਾਰੇ ਅਤੇ ਇਹ ਉੱਥੇ ਚਲੋ ਟਾਈਮ ਵੀ ਹੁੰਦਾ ਐਸੀ ਗੱਲ ਨਹੀਂ ਲੋਕ ਆ ਜਾਂਦੇ ਆ ਪਹਿਲਾਂ ਹੁਣ ਇਹਨਾਂ ਮੁਲਕਾਂ 'ਚ ਵਕਤ ਦੀ ਬਹੁਤ ਦੌੜ ਹੈ ਮਤਲਬ ਹੈ ਨਾ ਜੇ ਹਰ ਇੱਕ ਬੰਦਾ ਕਲੋਕ ਨਾਲ ਵੱਜਿਆ ਹੋਇਆ ਨਾ ਅਤੇ ਉਹਦੇ ਵਿੱਚ ਫਿਰ ਇਹ ਸਾਨੂੰ ਹੁਣ ਅਸੀਂ ਰਹਿੰਦੇ ਇੰਨੇ ਚਿਰ ਤੋਂ ਪਤਾ ਸਾਨੂੰ ਪਤਾ ਇੱਥੇ ਦੇ ਵਕਤ ਦੀ ਕੀ ਅਹਿਮੀਅਤ ਆ ਟਾਈਮ ਕਿੰਨਾ ਇੰਪੋਰਟੈਂਟ ਹੈ ਸਾਰੇ ਲਈ ਹੈ ਨਾ ਤਾਂ ਸਾਡੇ ਲਈ ਹੁੰਦਾ ਕਿ ਅਸੀਂ ਉਹ ਸਾਰੇ ਪ੍ਰਮੋਟਰ ਲੋਕ ਵੀ ਸਾਰੇ ਦੋਸਤ ਸਾਰੇ ਜ਼ੋਰ ਲਾਉਂਦੇ ਹਾਂ ਸਾਰੇ ਐਡਵਰਟਾਈਜ਼ ਕਰਦੇ ਹਾਂ ਸਾਰਾ ਉਹ ਚੀਜ਼ ਹਾਂ ਆਰਟਿਸਟ ਆ ਰਹੇ ਆ ਪਏ ਹੈ ਨਾ ਅਤੇ ਔਰ ਆਡੀਅੰਸ ਫਿਰ ਆਪਣੇ ਹਿਸਾਬ ਨਾਲ ਮੂਡ ਬਣਾ ਕੇ ਉਸ ਆਰਟਿਸਟ ਨੂੰ ਸੁਣ ਲਾਉਂਦੇ ਆ ਹੈ ਨਾ ਜੀ ਅਤੇ ਇੱਥੇ ਹੁੰਦਾ ਵੀ ਉਹ ਮਤਲਬ ਇਹ ਸਾਡੇ ਮਨ 'ਚ ਅਹਿਸਾਸ ਹੁੰਦਾ ਵੀ ਬਹੁਤ ਕੀਮਤੀ ਵਕਤ ਕੱਢ ਕੇ ਲੋਕ ਆਉਂਦੇ ਆ ਕਿਸੇ ਨੇ ਕੰਮ ਦੀ ਸ਼ਿਫਟ ਚੇਂਜ ਕਰਨੀ ਹੈ ਕਈ ਕਿਸੇ ਨੇ ਕੰਮ ਛੱਡ ਕੇ ਆ ਜਾਣਾ ਹੈ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੰਜੀਦਾ ਸੁਣਨ ਵਾਲੇ ਲੋਕ ਜਿਹੜੇ ਇਹਨਾਂ ਮੁਲਕਾਂ 'ਚ ਤੁਸੀਂ ਜੀ ਜੀ ਔਰ ਆਰਟਿਸਟ ਦੇ ਮਨ 'ਚ ਵੀ ਕਿਉਂਕਿ ਹੁਣ ਅਸੀਂ ਅੱਧਾ ਟਾਈਮ ਇੱਥੇ ਰਹਿੰਦੇ ਸਾਨੂੰ ਪਤਾ ਆ ਵੀ ਉਹ ਜੇ ਬੰਦੇ ਕਿੱਦਾਂ ਕਿੱਦਾਂ ਟਾਈਮ ਕੱਢ ਕੇ ਆਏ ਆ ਵੀ ਉਹਨਾਂ ਦੀ ਕੀ ਡਿਮਾਂਡ ਆ ਉਹ ਕੀ ਸੁਣਨਾ ਚਾਹੁੰਦੇ ਆ ਤਾਂ ਸਾਡੀ ਕਿੰਨੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਸ਼ਾਇਦ ਮੈਨੂੰ ਲੱਗਦਾ ਜਦੋਂ ਅਸੀਂ ਉੱਥੇ ਪਰਫੋਰਮ ਕਰਦੇ ਹਾਂ ਉਦੋਂ ਅਸੀਂ ਇੰਨੇ ਟੈਂਸ਼ਨ ਨਹੀਂ ਹੁੰਦੇ ਜਦ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੋਂ ਭੰਗੜਾ ਪਾ ਲਿਆ ਜੀ ਕੋਈ ਹੈ ਨਾ ਮਸਲਾ ਨਹੀਂ ਇੱਥੇ ਬੜਾ ਕੁਛ ਉਸ ਦਿਨ ਸਾਰਾ ਚੱਲਦਾ ਹੁੰਦਾ ਕੋਈ ਖੁਦ ਅਸੀਂ ਇੱਥੇ ਰਹਿੰਦੇ ਹਾਂ ਪਤਾ ਵੀ ਇੱਥੇ ਕਿੰਨਾ ਮੁਸ਼ਕਿਲ ਹੈ ਇਹ ਆਰਗੇਨਾਈਜ਼ ਕਰਨੇ ਸ਼ੋਅ ਕਰਨੇ ਹੈ ਨਾ ਜੀ ਤੇ ਆਡੀਅੰਸ ਨੇ ਇਕੱਠੇ ਹੋਣਾ ਇੱਕ ਇੱਕ ਲਫ਼ਜ਼ ਸੁਣਦੀ ਹੈ ਆਡੀਅੰਸ ਬਿਲਕੁਲ ਜੀ ਬਿਲਕੁਲ ਸਾਨੂੰ ਫਿਰ ਉਹੀ ਮਤਲਬ ਜਿਹੜਾ ਇੱਕ ਹੋਮਵਰਕ ਵੀ ਨਾਲ ਨਾਲ ਚੱਲੀ ਜਾਂਦਾ ਤਿੰਨ ਚਾਰ ਸ਼ੋਅ ਹੋ ਗਏ ਆ ਉਹ ਦੇਖੀ ਜਾਂਦੇ ਆ ਲੱਗਦਾ ਪਿਆ ਹਾਂ ਜਿਹੜੇ ਇਸ ਪੋਇਟਰੀ ਸ਼ੇਰੋ ਸ਼ਾਇਰੀ ਜਿਹੜੀ ਗੱਲਬਾਤ ਆ ਸੰਜੀਦਾ ਗੱਲਾਂ ਬਾਤਾਂ ਰਿਸ਼ਤਿਆਂ ਦੀਆਂ ਗੱਲਾਂ ਬਾਤਾਂ ਕੋਈ ਸੋਸ਼ਲ ਇਸ਼ੂਜ਼ ਆ ਕੁਛ ਵੀ ਜੋ ਅਸੀਂ ਮਾੜਾ ਮੋਟਾ ਲਿਖਦੇ ਹਾਂ ਅਤੇ ਉਹਦੇ ਨਾਲ ਲੋਕ ਜੁੜੇ ਹੋਏ ਆ ਉਹ ਸੁਣਨਾ ਚਾਹੁੰਦੇ ਆ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਫਿਰ ਅਸੀਂ ਉਸ ਤਰ੍ਹਾਂ ਦਾ ਮੈਟਰ ਹੀ ਰੱਖੀਏ ਇੱਥੇ ਸ਼ੇਰੋ ਸ਼ਾਇਰੀ ਆਮ ਸਾਡੇ ਸਟੂਡੀਓ 'ਚ ਜਦੋਂ ਕੋਈ ਵੀ ਕਲਾਕਾਰ ਆਉਂਦਾ ਦਰਸ਼ਕਾਂ ਨੂੰ ਤਾਂ ਬਖੂਬੀ ਪਤਾ ਗਿਆ ਅਸੀਂ ਫਰਮਾਇਸ਼ ਕਰਦੇ ਹਾਂ ਕਿ ਕੋਈ ਨਾ ਕੋਈ ਸਾਨੂੰ ਗੀਤ ਸੁਣਾਓ ਪਰ ਮੈਨੂੰ ਲੱਗਦਾ ਕਿ ਅੱਜ ਅਸੀਂ ਗੀਤ ਨਹੀਂ ਤੁਹਾਡੇ ਤੋਂ ਸ਼ੇਰੋ ਸ਼ਾਇਰੀ ਹੀ ਸੁਣਨੇ ਆ ਕਿਉਂਕਿ ਸ਼ਾਇਰੀ ਦੇ ਬਾਦਸ਼ਾਹ ਸਾਡੇ ਕੋਲ ਹੋਣ ਜਿਨ੍ਹਾਂ ਦੀ ਕਲਮ ਨੇ ਪਤਾ ਨਹੀਂ ਕਿੰਨੇ ਸ਼ੇਅਰ ਲਿਖਤੇ ਆ ਜਦੋਂ ਮੈਨੂੰ ਲੱਗਦਾ ਤੁਹਾਡੀ ਕਲਮ ਲਿਖਣਾ ਸ਼ੁਰੂ ਕਰਦੀ ਹੈ ਨਾ ਤੁਸੀਂ ਵੈਸੇ ਵੀ ਕੋਈ ਲਾਈਨ ਲਿਖ ਦਿਓਗੇ ਉਹ ਸ਼ੇਅਰ ਬਣ ਜਾਂਦੀ ਆ ਇਹ ਤਾਂ ਵੈਸੇ ਧੰਨਵਾਦੀ ਤੁਹਾਡੀ ਮਤਲਬ ਇਸ ਤਰ੍ਹਾਂ ਹੁੰਦਾ ਜਦੋਂ ਇੱਕ ਮੂਡ ਹੈ ਜਿਹੜਾ ਨਾ ਇਹ ਨਹੀਂ ਵੀ ਅਸੀਂ ਹਰ ਵੇਲੇ ਲਿਖਣ ਦੇ ਮੂਡ 'ਚ ਨਹੀਂ ਹੁੰਦੇ ਹੈ ਨਾ ਅਤੇ ਆਪਾਂ ਨੋਰਮਲ ਲਾਈਫ 'ਚ ਜੀਨੇ ਸਾਰੇ ਹੈ ਨਾ ਪਰ ਜਦੋਂ ਇਕੱਲਤਾ ਹੁੰਦੀ ਹੈ ਜਾਂ ਕੋਈ ਐਸਾ ਮੂਡ ਬਣਦਾ ਆਪਾਂ ਕਿਤੇ ਟਰੈਵਲ ਕਰ ਰਹੇ ਹਾਂ ਜਾਂ ਉਦੋਂ ਲੱਗਦਾ ਵੀ ਯਾਰ ਕੁਛ ਨਾ ਕੁਛ ਬਹੁਤ ਦਿਨ ਹੋ ਗਏ ਲਿਖਿਆ ਨਹੀਂ ਮੇਰੇ ਨਾਲ ਤਾਂ ਇੱਦਾਂ ਅੱਛਾ ਯਾਰ ਕੁਛ ਨਾ ਕੁਛ ਲਿਖਿਆ ਜਾਵੇ ਫਿਰ ਸਬੱਬੀ ਮਤਲਬ ਕੁਛ ਨਾ ਕੋਈ ਥੋਟ ਆ ਜਾਂਦਾ ਕੋਈ ਮਿਸਰਾ ਆ ਜਾਂਦਾ ਫਿਰ ਉਹਨੂੰ ਡਿਵੈਲਪ ਕਰ ਲੈਂਦੇ ਹਾਂ ਪਰ ਉਹ ਮਤਲਬ ਮੈਂ ਇਹ ਕਹਿ ਸਕਦਾ ਕਿ ਮਤਲਬ ਮਿਹਨਤ ਹਰ ਵਾਰ ਦਰਕਾਰ ਹੈ ਮਿਹਨਤ ਉਨੀ ਲੱਗਦੀ ਹੈ ਲਿਖਣ ਵਿੱਚ ਵੀ ਨਾ
ਉਹਦੇ 'ਚ ਉਹਦੇ 'ਚ ਬਾਹਰ ਆ ਕੇ ਬਰੇਤੀ 'ਤੇ ਕਦੇ ਚੱਪੋ ਨਹੀਂ ਮਾਰੇ ਵੀ ਜਿੰਨੇ ਚਿਰ ਫੀਲਿੰਗ ਨਾਲ ਗੱਲ ਨਹੀਂ ਆਉਂਦੀ ਉਹ ਚਿਰ ਸ਼ੇਅਰ ਨਹੀਂ ਕਹਿਣਾ। ਇਸ ਕਰਕੇ ਗੁਰੂ ਜੀ ਕਈ ਵਾਰ ਇੱਕ ਇੱਕ ਦੋ ਦੋ ਸ਼ੇਅਰ ਕਹਿ ਕੇ ਛੱਡ ਦਿੰਦੇ ਆ, ਕਈ ਕਈ ਸਾਲ ਉਹ ਗਜ਼ਲ ਪੂਰੀ ਨਹੀਂ ਕਰਦੇ, ਕਈ ਸਾਲਾਂ ਬਾਅਦ ਕਰਦੇ ਆ। ਤਾਂ ਮੈਨੂੰ ਹੁਣ ਕਿਤੇ ਹੁਣ ਪ੍ਰਭਾਵਿਤ ਹੁਣ ਤਾਂ ਬਹੁਤ ਉਹਨਾਂ ਦੀ ਸੰਗਤ ਆ ਨਾ, ਅਤੇ ਉਹ ਮਨ 'ਚ ਮੇਰੇ ਵੀ ਇੱਦਾਂ ਰਹਿੰਦਾ ਵੀ ਯਾਰ ਵੀ ਚਲੋ ਥੋੜ੍ਹੀ ਜਿਹੀ ਗੱਲ ਲੱਗੇ ਵੀ ਬਣਦੀ ਆ ਉਦੋਂ ਹੀ ਲਿਖਿਆ ਜਾਵੇ, ਅਤੇ ਨਾ ਕਿ ਨਹੀਂ ਵਿਚਾਰ ਹੁਣ ਨਹੀਂ ਜ਼ਰੂਰ ਲਿਖਣਾ ਪਏ, ਉਦੋਂ ਨਹੀਂ ਕੋਈ ਗੱਲ ਬਣਦੀ ਨਹੀਂ ਆਉਂਦੀ, ਫਿਰ ਧੱਕੇ ਨਾਲ ਨਹੀਂ ਹੈ ਨਾ, ਅਤੇ ਜਦੋਂ ਮੂਡ ਬਣਦਾ ਕਿ ਫਲੋ ਆਉਂਦਾ ਕੋਈ ਹੈ ਨਾ ਚੀਜ਼ ਜੀ ਫਿਰ ਲਿਖਿਆ ਜਾਂਦਾ। ਇੱਕ ਸਵਾਲ ਮੇਰੇ ਜਹਿਨ 'ਚ ਆਇਆ ਕਿ ਜਿੱਦਾਂ ਕਹਿੰਦੇ ਅਸੀਂ ਕਲਾਕਾਰ ਆ ਜਿਹੜਾ ਆਪਣਾ ਹੁੰਦਾ ਗਾਇਕ ਉਹਨੂੰ ਪੋਲਿਸ਼ ਕਰਕੇ ਆਪਾਂ ਕਲਾਕਾਰ ਬਣਾ ਸਕਦੇ ਹਾਂ ਹੈ ਨਾ, ਅਤੇ ਗੀਤਕਾਰ ਵੀ ਬਣਾਇਆ ਜਾ ਸਕਦਾ ਜਾਂ ਗੀਤਕਾਰ ਪੈਦਾ ਹੀ ਹੁੰਦਾ? ਗੀਤਕਾਰ ਦਾ ਰਾਈਟਿੰਗ ਪੋਇਟਰੀ ਦਾ ਖਾਸ ਤੌਰ 'ਤੇ ਵੈਸੇ ਮੇਰੇ ਹਿਸਾਬ ਨਾਲ ਸਾਹਿਤ ਦੀਆਂ ਜਿੰਨੀਆਂ ਸਿਨਫਾਂ ਆ ਨਾ, ਚਾਹੇ ਕਹਾਣੀ ਹੈ, ਨਾਵਲ ਹੈ, ਜੋ ਵੀ ਆ, ਜੋ ਵੀ ਸਾਰਾ ਇਹਦੇ ਵਿੱਚ ਨਾ ਟੈਕਨੀਕਸ ਦੱਸੀਆਂ ਜਾ ਸਕਦੀਆਂ ਹੈ ਨਾ ਪੋਇਟਰੀ ਦੀ, ਜਿੱਦਾਂ ਹੁਣ ਮੀਟਰ ਰਿਦਮ ਹੈ, ਮਾਤਰੇ ਆ, ਲਘੂ ਗੁਰੂ ਅੱਖਰ ਆ, ਹੈ ਨਾ ਮਤਲਬ ਉਹ ਬੰਦ ਸ਼ਾਂ ਛੰਦਾਬੰਦੀ ਵਾਲੀ ਕਵਿਤਾ ਨਾ, ਉਹ ਇੱਕ ਕਾਇਦੇ ਕਿਤਾਬਾਂ ਵੀ ਮਿਲਦੀਆਂ, ਪਿੰਗਲ ਮਿਲ ਜਾਂਦਾ ਹੈ ਨਾ, ਪਰ ਜਿਹੜੀ ਇੱਕ ਖਿਆਲ ਦੀ ਤੁਹਾਡੀ ਡੂੰਘਾਈ ਆ, ਉਚਾਣ ਆ, ਉਹਦੀ ਇੱਕ ਤੁਹਾਡੀ ਇੱਕ ਵੱਖਰਾਪਣ ਆ, ਨਿਵੇਕਲਾਪਣ ਆ, ਉਹ ਕਿਸੇ ਹੱਦ ਤੱਕ ਤੁਹਾਨੂੰ ਗਿਫਟ ਹੁੰਦਾ ਹੈ ਨਾ ਜੀ, ਪਰ ਜੇ ਸਾਰਾ ਤੁਸੀਂ 100% ਗਿਫਟ 'ਤੇ ਡਿਪੈਂਡ ਨਹੀਂ ਕਰ ਸਕਦੇ ਹੈ ਨਾ ਜੀ, ਅਤੇ ਉਹਦੇ ਲਈ ਤੁਹਾਨੂੰ ਲਗਾਤਾਰ ਮੁਸਲਸਲ ਜਿਹੜੀ ਮਿਹਨਤ ਆ ਉਹ ਕਰਨੀ ਪੈਂਦੀ ਆ ਮੇਰੇ ਹਿਸਾਬ ਨਾਲ। ਵੀ ਉਹ ਨਹੀਂ, ਇੱਕ ਮੈਂ ਬੜੇ ਸਿਆਣੇ ਬਜ਼ੁਰਗਾਂ ਤੋਂ ਸੁਣਿਆ ਸੀ, ਕਹਿੰਦੇ ਸ਼ਾਇਰੀ ਸੰਗੀਤ ਇਹ ਐਸੀ ਚੀਜ਼ ਆ ਸੁਰ ਅਤੇ ਸ਼ਬਦ, ਜੇ ਤੁਸੀਂ ਰੋਜ਼ ਇਹਨਾਂ ਦਾ ਧਿਆਨ ਕਰਦੇ ਆ ਤਾਂ ਇਹ ਤੁਹਾਡੇ ਨਾਲ ਰਹਿੰਦੇ ਆ, ਤੁਸੀਂ ਇਹਨਾਂ ਨੂੰ ਛੱਡਦੇ ਆ ਤਾਂ ਇਹ ਉਦੋਂ ਪਹਿਲਾਂ ਤੁਹਾਨੂੰ ਛੱਡ ਜਾਂਦੇ ਆ, ਦੁਬਾਰਾ ਬੜੀ ਮਿਹਨਤਾਂ ਕਰਕੇ ਲਿਆਉਣੇ ਪੈਂਦੇ। ਰਿਆਜ਼ ਦਾ ਸੰਗੀਤ ਦਾ ਵੀ ਇੱਦਾਂ ਹੀ ਆ ਅਤੇ ਕਵਿਤਾ ਦਾ ਵੀ ਇੱਦਾਂ ਹੀ ਆ ਕਿ ਮਤਲਬ ਤੁਹਾਨੂੰ ਉਹਦੇ ਤੁਸੀਂ ਦੂਰ ਨਹੀਂ ਰਹਿ ਸਕਦੇ, ਇਹ ਜ਼ਰੂਰੀ ਨਹੀਂ ਵੀ ਆਪਾਂ ਰੋਜ਼ ਲਿਖਣਾ ਹੀ ਆ, ਪਰ ਉੱਦਾਂ ਦਾ ਉਸਤਾਦ ਲੋਕ ਇਹ ਵੀ ਕਹਿੰਦੇ ਹਾਂ ਵੀ ਜਿਹੜਾ ਪ੍ਰੋਫੈਸ਼ਨਲ ਰਾਈਟਰ ਆ ਉਹ ਭਾਵੇਂ ਰੋਜ਼ ਇੱਕ ਸਫ਼ਾ ਲਿਖੇ ਇੱਕ ਲਾਈਨ ਲਿਖੋ ਲਿਖਣਾ ਚਾਹੀਦਾ, ਮਤਲਬ ਬ੍ਰੇਨ ਸ਼ਟਡਾਊਨ ਨਹੀਂ ਹੁੰਦਾ, ਬ੍ਰੇਨ ਤਾਂ ਚੱਲਦੀ ਰਹਿੰਦੀ ਹੈ, ਦੁਕਾਨ ਖੁੱਲੀ ਹੋਵੇ ਜੀ ਮਤਲਬ ਖੁੱਲੀ ਰਹਿੰਦੀ ਹੈ, ਉਹ ਤੁਹਾਨੂੰ ਜ਼ਰੂਰੀ ਆ ਵੀ ਉਹਦੇ ਵਿੱਚ ਉਹ ਫੀਲਿੰਗ ਉਹ ਮਾਹੌਲ ਤੁਹਾਡੇ ਅੰਦਰ ਚੱਲਦਾ ਰਹੇ, ਜੇ ਰੋਜ਼ ਤੁਸੀਂ ਨਹੀਂ ਵੀ ਲਿਖ ਪਾਉਂਦੇ ਰੁਝੇਵੇਂ ਜਾਂ ਕੰਮ ਕਰ ਰਹੋ ਕਿਸ ਤਰ੍ਹਾਂ ਵੀ ਹੈ ਲਾਈਫ ਤੁਹਾਡੀ, ਪਰ ਉਹਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਜੁੜੇ ਰਹਿਣਾ ਪੈਂਦਾ ਜੀ, ਆਪਾਂ ਉਹਨੂੰ ਛੱਡ ਕੇ ਵੀ ਚੱਲ ਹੁਣ ਮੈਂ ਕੋਈ ਗੱਲ ਨਹੀਂ ਫਿਰ ਸਹੀ, ਉਹ ਦੁਬਾਰਾ ਫਿਰ ਬੜੀ ਮਿਹਨਤਾਂ ਕਰਨੀਆਂ ਪੈਂਦੀਆਂ। ਜੀ 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 ਬਿਲਕੁਲ, ਅਤੇ ਤੁਹਾਡਾ ਇੱਕ ਸ਼ੇਅਰ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ, ਤੀਰਥ ਨੂੰ ਜਾਂਦੇ ਰਾਹ ਵਰਗਾ, ਹੈ ਨਾ, ਕਾਫੀ ਪਹਿਲਾਂ ਉਹ ਸੁਣਾ ਦਿਓ ਸਾਨੂੰ ਅੱਜ। ਉਹ ਸੀਗਾ ਸ਼ਾਇਦ ਇੱਥੋਂ ਸ਼ੁਰੂ ਹੁੰਦਾ ਸੀ ਕਿ ਤੂੰ ਮਿਲਿਆ ਹੋਰ ਕੀ ਮੰਗਣਾ ਮੰਗਣਾ ਹੈ, ਤੂੰ ਮਿਲਿਆ ਹੋਰ ਕੀ ਮੰਗਣਾ ਹੈ, ਤੂੰ ਕਿਸੇ ਕਬੂਲ ਦੁਆ ਵਰਗਾ, ਅੰਮ੍ਰਿਤ ਵੇਲੇ ਦੇ ਬੋਲ ਜਿਹਾ, ਤੀਰਥ ਨੂੰ ਜਾਂਦੇ ਰਾਹ ਵਰਗਾ, ਤੂੰ ਦੇਵੀ ਦੀ ਕਮਜ਼ੋਰੀ ਹੈ, ਤੂੰ ਦੇਵੀ ਦੀ ਮਜਬੂਰੀ ਹੈ, ਤੇਰੇ ਬਿਨਾਂ ਗੁਜ਼ਾਰੇ ਨਹੀਂ ਹੋਣੇ, ਤੂੰ ਆਉਂਦੇ ਜਾਂਦੇ ਸਾਹ ਵਰਗਾ। ਜੀ ਬਹੁਤ ਖੂਬ, ਬਹੁਤ ਖੂਬ, ਬੜਾ ਹੀ ਪਿਆਰਾ ਸ਼ੇਅਰ ਆ, ਪਤਾ ਨਹੀਂ ਕਿੰਨੀ ਕੁ ਵਾਰੀ ਸੁਣਿਆ ਹੋਣਾ ਮੈਨੂੰ ਸੀ। ਅਤੇ ਹੁਣ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਨਾਲ ਦੇ ਜਿਹੜੇ ਕਲਾਕਾਰ ਆ ਤੁਹਾਡੇ ਤੋਂ ਬਾਅਦ ਆਏ, ਉਹਨਾਂ ਦਾ ਫਿਲਮਾਂ ਵੱਲ ਬੜਾ ਰੁਝਾਨ ਹੈ ਨਾ, ਅਤੇ ਗਏ ਵੀ ਆ, ਕਾਫੀ ਉਹਨਾਂ ਨੇ ਮਕਬੂਲੀਅਤ ਵੀ ਹਾਸਿਲ ਕੀਤੀ ਹੈ, ਅਤੇ ਤੁਸੀਂ ਇਸ ਲਾਈਨ ਵੱਲ ਆਏ ਨਹੀਂ, ਕੀ ਗੱਲ? ਆਪਨੀ ਜੀ ਮੈਨੂੰ ਲੱਗਦਾ ਹਾਂ, ਕਈ ਵਾਰ ਅਕਸਰ ਇਹ ਸਵਾਲ ਹੁੰਦਾ, ਮੈਂ ਆਪਣੇ ਆਪ ਨੂੰ ਵੀ ਕਈ ਵਾਰ ਸਵਾਲ ਕਰਦਾ ਹਾਂ, ਅਤੇ ਮੈਨੂੰ ਇਹ ਹਮੇਸ਼ਾ ਲੱਗਦਾ ਕਿ ਜਿਸ ਇੱਕ ਮਨ ਦਾ ਨਾ ਤੁਹਾਡੇ ਕਿਸੇ ਕੰਮ ਲਈ ਅੰਦਰੋਂ ਖਿੱਚ ਹੁੰਦੀ ਜਦੋਂ ਨਾ ਜੀ, ਅਤੇ ਉਹਦੇ ਵੱਲ ਨੂੰ ਤੁਸੀਂ ਕਿਸੇ ਨਾ ਕਿਸੇ ਬਹਾਨੇ ਫਿਰ ਵਸੀਲਾ ਬਣ ਜਾਂਦਾ, ਤੁਸੀਂ ਤੁਰ ਪੈਂਦੇ ਉੱਧਰ ਨੂੰ। ਜੀ ਜੀ ਬਿਲਕੁਲ। ਅਤੇ ਜਿਹਦਾ ਖਿਆਲ ਤੁਹਾਨੂੰ ਨਾ ਹੋਵੇ ਸ਼ਾਇਦ ਕੁਦਰਤ ਵੀ ਉਹਦਾ ਮੌਕਾ ਤੁਹਾਨੂੰ ਨਹੀਂ ਦਿੰਦੀ ਹੈ ਨਾ, ਜਦੋਂ ਉਹ ਸਬੱਬ ਨਹੀਂ ਬਣਦਾ, ਤੁਸੀਂ ਉਸ ਮਾਹੌਲ 'ਚ ਨਹੀਂ ਜਾਂਦੇ ਜਾਂ ਉਹਨਾਂ ਲੋਕਾਂ ਨੂੰ ਨਹੀਂ ਮਿਲਦੇ, ਉਸ ਤਰ੍ਹਾਂ ਦੇ ਇੱਕ ਜਿਹੜੀ ਫਲੇਵਰ ਜਿਹੜੀਆਂ ਉਹ ਚੀਜ਼ਾਂ ਦਾ ਤੁਸੀਂ ਨਹੀਂ ਕਰਦੇ ਹੈ ਨਾ ਜੀ ਜੀ, ਤਾਂ ਮੈਨੂੰ ਸ਼ੁਰੂ ਤੋਂ ਇੱਦਾਂ ਨਹੀਂ ਮਤਲਬ ਕਦੇ ਲੱਗਿਆ, ਕਿਉਂਕਿ ਐਕਟਿੰਗ ਮੈਂ ਮੰਨਦਾ ਕਿ ਬਹੁਤ ਜ਼ਿਆਦਾ ਮੁਸ਼ਕਲ ਟਫ ਸਬਜੈਕਟ ਹੈ, ਐਕਟਿੰਗ ਬਿਲਕੁਲ ਡਿਫਰੈਂਟ ਫੀਲਡ ਹੈ ਨਾ, ਅਤੇ ਉਹ ਨੈਚੁਰਲ ਮੇਰੇ 'ਚ ਮੈਨੂੰ ਲੱਗਦਾ ਕੋਈ ਨਹੀਂ ਐਡੀ ਗੱਲਬਾਤ ਨਹੀਂ, ਅਤੇ ਧਿਆਨ ਨਹੀਂ। ਫਿਰ ਮੈਨੂੰ ਇੱਕ ਚੀਜ਼ ਵੀ ਜਿਹੜੀ ਕੁਦਰਤ ਵੱਲੋਂ ਮੈਨੂੰ ਤੋਹਫਾ ਮਿਲਿਆ ਹੋਇਆ ਜਾਂ ਜਿਹਦੀ ਮੇਰੇ ਮਨ 'ਚ ਲਗਨ ਪਹਿਲਾਂ ਤੋਂ ਜ਼ਿਆਦਾ ਲਿਖਣ ਦੀ ਗਾਉਣ ਦੀ ਹੈ ਨਾ, ਤਾਂ ਮੈਂ ਇਹ ਹਮੇਸ਼ਾ ਫੋਕਸ ਕੀਤਾ ਯਾਰ ਮੈਂ ਥੋੜ੍ਹਾ ਜਿਹਾ ਮੈਨੂੰ ਸ਼ਾਇਰੀ ਦੀ ਸਮਝ ਆ ਜਾਏ, ਥੋੜ੍ਹਾ ਲਿਖਣ ਦਾ ਹੁਨਰ ਆ ਜਾਏ, ਹੁਨਰਮੰਦੀ ਮਾਲਕ ਹੋਰ ਦੇਵੇ, ਅਤੇ ਸੁਰ ਦੀ ਸਮਝ ਆ ਜਾਏ, ਸੁਰ ਦੇ ਨੇੜੇ ਹੋ ਜਾਊ ਹੈ ਨਾ, ਤਾਂ ਮੇਰਾ ਜ਼ਿਆਦਾ ਫੋਕਸ ਜਿਹੜਾ ਇਹਨਾਂ ਪਾਸੇ ਰਿਹਾ, ਅਤੇ ਫਿਰ ਧਿਆਨ ਨਹੀਂ ਬਹੁਤਾ ਗਿਆ, ਕਦੇ ਅਪਰੋਚ ਨਹੀਂ ਕਿਸੇ ਨੂੰ ਕੀਤਾ ਜਾਂ ਹੈ ਨਾ ਵੀ ਮੈਂ ਵੀ ਜਿਹਦੇ ਕਰਕੇ ਪਹਿਚਾਣ ਬਣੀ ਆ, ਚਾਰ ਬੰਦੇ ਸਿਆਣਦੇ ਆ ਪਛਾਣਦੇ ਆ, ਲੋਕ ਪਿਆਰ ਕਰਦੇ ਆ, ਮਾਲਕ ਰੋਟੀ ਦੇ ਜਾਂਦਾ ਜਿਹਦੇ ਕੰਮ ਹੈ, ਵੀ ਉਹਨੂੰ ਥੋੜ੍ਹੀ ਜਿਹਾ ਪੋਲਿਸ਼ ਕਰ ਲਈ, ਇੰਪਰੂਵ ਕਰ ਲਈ। ਤੁਸੀਂ ਜਦੋਂ ਇੱਥੇ ਵੀ ਸਟੇਜ 'ਤੇ ਲਾਈਵ ਕਰਦੇ, ਕਿਉਂਕਿ ਜਦੋਂ ਲਾਈਵ ਤਾਂ ਪਹਿਲਾਂ ਵੀ ਕਰਦੇ ਹੁੰਦੇ ਸੀ, ਜਿੱਦਾਂ ਮੁਹੰਮਦ ਸਦੀਕ ਹੋਣੀ, ਮਾਣਕ ਸਾਹਿਬ ਹੋਣੀ, ਪਰ ਜਿਹੜਾ ਸ਼ਾਇਰ ਉਹ ਸ਼ਾਇਰੀ ਲਾਈਵ ਸਟੇਜ 'ਤੇ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਹੈ ਨਾ ਉਹਦੇ ਲਈ ਬਹੁਤ ਵੱਡਾ ਯੋਗਦਾਨ, ਸਾਡੇ ਸਾਹਿਤ ਖੇਤਰ 'ਚ ਬਹੁਤ ਵੱਡਾ ਯੋਗਦਾਨ ਆ ਤੁਹਾਡਾ ਉਸ ਚੀਜ਼ ਲਈ, ਅਤੇ ਤੁਸੀਂ ਜਿੱਦਾਂ ਇਹ ਕੁਛ ਫਰਕ ਮਹਿਸੂਸ ਕਰਦੇ ਹੋ ਜਿਵੇਂ ਇੰਡੀਆ ਦੀ ਆਡੀਅੰਸ ਹੁੰਦੀ ਆ ਲਾਈਵ, ਤੁਹਾਨੂੰ ਕੁਛ ਹੋਰ ਫਰਮਾਇਸ਼ ਕਰਦੀ ਆ ਜਾਂ ਇੱਥੇ ਦੀ ਆਡੀਅੰਸ ਹੋਰ ਫਰਮਾਇਸ਼ ਕਰਦੀ ਆ, ਜਾਂ
ਸੇਮ ਹੀ ਲੱਗਦਾ ਹੁੰਦਾ ਕਿ ਨਹੀਂ ਨਹੀਂ ਉਹਨਾਂ ਦੀ ਥਿੰਕਿੰਗ ਸੇਮ ਹੀ ਹੈ। ਸੇਮ ਹੀ ਹੈ, ਮੈਂ ਹਮੇਸ਼ਾ ਇਹ ਨੋਟਿਸ ਕਰਦਾ ਕਿ ਉਹ ਅਕਸਰ 2-3 ਸਾਲ ਬਾਅਦ ਵੱਖ ਵਿਵਾਦ ਸੀ ਇੱਧਰ ਕੈਨੇਡਾ ਜਾਂ ਆਸਟ੍ਰੇਲੀਆ USA ਜਿੱਧਰ ਵੀ ਆਪਾਂ ਪ੍ਰੋਗਰਾਮ ਕਰਦੇ ਜਿੱਥੇ ਆਪਣਾ ਪੰਜਾਬੀ ਭਾਈਚਾਰਾ ਨਾ, ਤਾਂ ਉੱਥੇ ਮੈਂ ਦੇਖਿਆ ਵੀ ਉਹਦਾ ਹਰ ਆਰਟਿਸਟ ਦਾ ਮੇਰੇ ਹਿਸਾਬ ਇੱਦਾਂ ਹੀ ਆ, ਜਿਹੜੇ ਜਿਹਦਾ ਜਿਹੜਾ ਗਾਣਾ ਮਕਬੂਲ ਹੋ ਗਿਆ ਆਰਟਿਸਟ ਦਾ, ਜਦੋਂ ਸ਼ੋਅ ਕਰਨ ਇੱਧਰ ਆਉਂਦੇ ਆ ਉਹ ਲੋਕ ਕਹਿੰਦੇ ਅੱਛਾ ਯਾਰ ਉਹ ਫਲਾਣਾ ਕਲਾਕਾਰ ਉਹਦਾ ਆਹ ਗਾਣਾ ਸੁਣਾ ਗਿਆ, ਉਹ ਮਨ 'ਚੋਂ ਬਣਾ ਕੇ ਜਾਂਦੇ ਆ। ਤਾਂ ਸਾਡਾ ਹੁਣ ਕਿੰਨੇ ਸਾਲ ਹੋ ਗਿਆ ਦੇਬੀ ਲਾਈਵ 6 ਆ ਗਈਆਂ ਹੈ ਨਾ, 15-16 ਸਾਲ 2001-2 ਸ਼ਾਇਦ ਪਹਿਲੇ ਆਏ ਸੀ ਨਾ, 15 ਸਾਲ ਹੋ ਗਿਆ। ਅਤੇ ਉਹਦੇ ਨਾਲ ਆਡੀਅੰਸ ਇੱਦਾਂ ਜੁੜੇ ਹੋਏ ਰਿਲੇਟ ਕਰਦੇ ਵੀ ਉਹਨਾਂ ਦੇ ਜ਼ਹਿਨ 'ਚ ਸ਼ੇਅਰ ਰੁਬਾਈਆਂ ਜਿਹੜੇ ਹੁੰਦੇ ਆ ਯਾਰ ਇਹ ਆਹ ਸੁਣਾਊਗਾ ਆਹ ਸੁਣਾਊਗਾ ਤੂੰ ਆਹ ਸੁਣਾਂਗੇ ਹੈ ਨਾ, ਤਾਂ ਅਸੀਂ ਵੀ ਉਹ ਹੋਮਵਰਕ ਵਾਂਗੂ ਉਹ ਚੀਜ਼ਾਂ ਜ਼ਹਿਨ 'ਚ ਹੁੰਦੀਆਂ ਵੀ ਇਸ ਤਰ੍ਹਾਂ ਦਾ ਪਰਫੋਰਮੈਂਸ ਦੇਣੀਆਂ ਵੀ ਜਿਹੜੀਆਂ ਰੂਹਦਾਰੀ ਵਾਲੀਆਂ ਗੱਲਾਂ ਜ਼ਿੰਦਗੀ ਨਾਲ ਰਿਸ਼ਤਿਆਂ ਨਾਲ ਜੁੜੀਆਂ ਸੋਸ਼ਲ ਇਸ਼ੂ ਆ ਜੋ ਕੁਛ ਵੀ ਜੋ ਅਸੀਂ ਜਿੱਦਾਂ ਦਾ ਵੀ ਲਿਖਦੇ ਹਾਂ, ਅਤੇ ਉਹਦੀ ਅਸੀਂ ਫਿਰ ਤਿਆਰੀ 'ਚ ਰਹਿੰਦੇ ਹਾਂ ਵੀ ਇਸ ਤਰ੍ਹਾਂ ਜਾਣਾ। ਤਾਂ ਉਹ ਲਗਭਗ ਮੇਰੇ ਖਿਆਲ ਜੀ ਕੋਈ ਐਡਾ ਫਰਕ ਨਹੀਂ, ਹਾਂ ਅਨਲੈਸ ਜਿਵੇਂ ਜਦੋਂ ਕੋਈ ਵਿਆਹ ਸ਼ਾਦੀ ਪ੍ਰਾਈਵੇਟ ਹੁੰਦਾ ਚਲੋ ਹੁੰਦਾ ਉੱਥੇ ਨੱਚਣ ਟੱਪਣ ਦਾ ਮਾਹੌਲ ਹੁੰਦਾ ਉਹ ਤਾਂ ਚਲੋ ਭੰਗੜਾ ਪਾ ਲਿਆ ਹੈ ਨਾ, ਪਰ ਜਿਹੜੇ ਇਸ ਤਰ੍ਹਾਂ ਕੋਈ ਸੁਣਨ ਵਾਲੇ ਮਾਹੌਲ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਵਿੱਚ ਲਗਭਗ ਸਾਰੀ ਜਗ੍ਹਾ ਉਹ ਸੇਮ ਹੀ ਮੈਟਰ ਹੋਈ ਚੀਜ਼ਾਂ ਚੱਲਦੀਆਂ ਜੀ। ਇੱਕ ਸ਼ਾਇਰ ਕਹਿੰਦੇ ਕੋਈ ਬੜੀ ਡੂੰਘੀ ਸੱਟ ਵੱਜਦੀ ਹੈ ਅਤੇ ਬੰਦਾ ਸ਼ਾਇਰ ਬਣਦਾ ਹੈ ਨਾ ਜੀ, ਅਤੇ ਕੀ ਇਹ ਸੱਚ ਆ? ਜਿਹੜੀ ਅਸਲ 'ਚ ਮੈਂ ਪੁਨੀਤ ਜੀ ਮੈਨੂੰ ਲੱਗਦਾ ਜਿਹੜੀ ਤਕਲੀਫ ਹੈ ਨਾ, ਦੁੱਖ ਤਕਲੀਫ ਹੈ ਦਰਦ ਹੈ ਜੀ, ਇਹ ਕਿਸੇ ਵੀ ਤਰ੍ਹਾਂ ਦਾ ਹੋਵੇ ਜੀ ਬਿਲਕੁਲ, ਇਹ ਜ਼ਿੰਦਗੀ ਇਨਸਾਨ ਨੂੰ ਜ਼ਿੰਦਗੀ ਸਮਝਣ 'ਚ ਬਹੁਤ ਹੈਲਪ ਕਰਦਾ। ਸਿਆਣੇ ਕਹਿੰਦੇ ਵੀ ਜਿਸ ਬੰਦੇ ਨੇ ਕਦੇ ਤੰਗੀ ਨਹੀਂ ਦੇਖੀ, ਤਕਲੀਫ਼ ਨਹੀਂ ਕੱਟੀ, ਦੁੱਖ ਮੁਸੀਬਤਾਂ ਨਹੀਂ ਦੇਖੀਆਂ, ਉਹਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਨਹੀਂ ਲੱਗਦਾ। ਜਾਂ ਕਈ ਕਹਿੰਦੇ ਵੀ ਜਿਹੜੇ ਸੋਨੇ ਦਾ ਚਮਚਾ ਲੈ ਕੇ ਮੂੰਹ 'ਚ ਜੰਮੇ ਉਹਨੂੰ ਜ਼ਿੰਦਗੀ ਦੀ ਪੈਸੇ ਦੀ ਕੀਮਤ ਦਾ ਵਕਤ ਦਾ ਨਹੀਂ ਪਤਾ ਜੀ, ਜਿਹਨੇ ਉਹ ਨੰਗੇ ਪਿੰਡੇ ਨਹੀਂ ਚੀਜ਼ਾਂ ਹੰਢਾਈਆਂ ਉਹਨੂੰ ਜ਼ਿੰਦਗੀ ਦੇ ਇੱਕ ਡੂੰਘੇ ਤਜਰਬੇ ਜਿਹੜੇ ਆਪਾਂ ਕਹਿੰਦੇ ਨਾ ਉਹ ਨਹੀਂ ਹੁੰਦੇ। ਅਤੇ ਇਹ ਜਿਹੜਾ ਕੋਈ ਵੀ ਤੁਹਾਨੂੰ ਅਸਫਲਤਾ ਆ, ਤਕਲੀਫ਼ ਆ, ਦਰਦ ਆ, ਤਨਹਾਈ ਆ, ਹੈ ਨਾ, ਇਹ ਸਾਰੀਆਂ ਚੀਜ਼ਾਂ ਇਹ ਮੈਨੂੰ ਲੱਗਦਾ ਆਰਟਿਸਟ ਦੇ ਹਿੱਸੇ ਜ਼ਿਆਦਾ ਆਉਂਦੀਆਂ ਸ਼ਾਇਦ ਜੀ, ਜਾਂ ਲਿਖਣ ਵਾਲੇ ਜਾਂ ਬੰਦੇ ਫਨਕਾਰ ਬੰਦੇ ਆ ਉਹ ਬਾਕੀ ਨਾਲੋਂ ਸ਼ਾਇਦ ਕੁਛ ਜ਼ਿਆਦਾ ਸੈਂਸਿਟਿਵ ਹੁੰਦੇ ਆ। ਹਾਂਜੀ, ਇਹ ਵੀ ਨਹੀਂ ਅੱਜ ਤੱਕ ਪਤਾ ਲੱਗਿਆ ਉਹ ਸੈਂਸਿਟਿਵ ਹੁੰਦੇ ਕਰਕੇ ਇਸ ਕਰਕੇ ਕਲਾਕਾਰ ਹੁੰਦੇ ਜਾਂ ਕਲਾਕਾਰ ਹੁੰਦੇ ਕਰਕੇ ਜ਼ਿਆਦਾ ਸੈਂਸਿਟਿਵ ਹੁੰਦੇ ਆ, ਇਹ ਤੁਸੀਂ ਸਮਝ ਹੈ ਨਾ ਮੰਨਦੇ ਗੱਲ ਬਿਲਕੁਲ ਬਿਲਕੁਲ ਬਿਲਕੁਲ। ਤਾਂ ਆਈ ਥਿੰਕ ਉਹ ਚੀਜ਼ਾਂ ਇਹੀ ਆ ਵੀ ਮਤਲਬ ਨਹੀਂ ਤਾਂ ਮੈਨੂੰ ਲੱਗਦਾ ਅਮੀਰ ਤੱਕ ਅਮੀਰ ਦਾ ਸ਼ੇਅਰ ਆ ਸ਼ਾਇਦ ਗੁਲਾਬ ਸਾਹਿਬ ਤੋਂ ਜਿਹੜੇ ਸੀਨੀਅਰ ਸੀਗੇ ਕਿ ਖੰਜਰ ਚੱਲੇ ਔਰ ਪੇ ਖੰਜਰ ਚੱਲੇ ਔਰ ਪੇ ਤੜਪਤੇ ਹੈ ਹਮ ਐ ਅਮੀਰ ਕਿ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ। ਤੋ ਇਹ ਕਿ ਮੈਂ ਤੁਹਾਨੂੰ ਮਹਿਸੂਸ ਕਰਨ ਦੀ ਗੱਲ ਆ, ਤੁਸੀਂ ਆਪਣਾ ਦੁੱਖ ਆ ਜਾਂ ਤੁਹਾਡਾ ਕਿਸੇ ਦਾ, ਤੁਸੀਂ ਮਹਿਸੂਸ ਕਿੱਦਾਂ ਕਰਦੇ ਹੋ ਜੀ? ਬਿਲਕੁਲ ਬਿਲਕੁਲ, ਉਹ ਫਿਰ ਉਹ ਉਹ ਜਿਹੜੀ ਉਹ ਤੀਬਰਤਾ ਜਿਹੜੀ ਇੱਕ ਸ਼ਿੱਦਤ ਹੈ ਜੀ, ਉਹ ਤੁਹਾਨੂੰ ਇੱਕ ਵੱਖਰੇ ਆਉਂਦੀ ਆ ਬਿਲਕੁਲ ਬਾਕੀ ਲੋਕਾਂ ਨਾਲ ਆਰਟਿਸਟ ਨੂੰ ਜੀ। ਇੱਕ ਕਾਮਯਾਬ ਇਨਸਾਨ ਦੇ ਪਿੱਛੇ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਨਾ ਜੀ ਜੀ, ਤੇ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਲਈ ਵੀ ਤੁਹਾਡੀ ਜਿਹੜੀ ਤੁਸੀਂ ਅੱਜ ਜਿੱਥੇ ਹੋ, ਜਿਹੜੀ ਸਟੇਜ 'ਤੇ ਤੁਸੀਂ ਹੈਗੇ ਹੋ, ਇੰਨੇ ਮਕਬੂਲ ਹੋ, ਹਰ ਇੱਕ ਬੱਚਾ ਹਰ ਇੱਕ ਵਰਗ ਦੇਬੀ ਨੂੰ ਜਾਣਦਾ ਹੈ ਨਾ, ਅਤੇ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਤੁਹਾਡੇ ਲਈ? ਜੀ ਬਿਲਕੁਲ, ਤਾਂ ਔਰਤ ਤਾਂ ਜਗਤ ਨੂੰ ਸਿਰਜਣ ਵਾਲੀ ਹੈ ਨਾ ਜੀ, ਅਤੇ ਮਤਲਬ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਸਟੈਂਪ ਆ ਕੇ ਸੋ ਕਿਉਂ ਮੰਦਾ ਆਖਿਆ ਜਿੱਤ ਜੰਮਿਆ ਰਾਜਾਨ, ਹੈ ਨਾ ਜੀ, ਮਤਲਬ ਇਸਤਰੀ ਨੂੰ ਬਹੁਤ ਵਡਿਆਇਆ ਔਰਤ ਨੂੰ। ਅਤੇ ਇਹ ਇਹ ਇਨਸਾਨ ਦੇ ਜਨਮ ਤੋਂ ਲੈ ਕੇ ਹੁਣ ਮਾਂ ਬਾਪ ਜਨਮ ਦੇਣ ਵਾਲੇ ਹੁੰਦੇ ਹੈ ਨਾ, ਅਤੇ ਮਾਂ ਦਾ ਰੋਲ ਲੱਗਦਾ ਜਿੱਦਾਂ ਕਿ ਕਰੈਕਟਰ ਪਲੇ ਹੁੰਦੇ ਨਾ, ਜਿਹੜੇ ਮਾਂ ਦਾ ਕਰੈਕਟਰ ਪਲੇ ਕਰਨਾ ਉਹ ਸਿਰਫ ਮਾਂ ਹੀ ਕਰ ਸਕਦੀ, ਉਹ ਕੋਈ ਹੋਰ ਨਹੀਂ ਕਰ ਸਕਦਾ। ਅਤੇ ਉਹ ਹਰ ਇਨਸਾਨ ਦੇ ਜ਼ਿੰਦਗੀ 'ਚ ਮਾਂ ਬਾਪ ਦੀਆਂ ਬਲੈਸਿੰਗਸ, ਹਰ ਹਰ ਮਾਪੇ ਬੱਚੇ ਨੂੰ ਬਹੁਤ ਪਿਆਰ ਕਰਦੇ ਆ, ਹੈ ਨਾ ਜੀ, ਅਤੇ ਉਹ ਸਾਰੇ ਆਪਣੀ ਤਕਲੀਫ ਆਪ ਝੱਲ ਕੇ ਕਹਿੰਦੇ ਮੇਰੇ ਬੱਚੇ ਸੁਖੀ ਰਹਿਣ, ਮੈਂ ਇਹਨਾਂ ਨੂੰ ਇਹ ਸੌਖੇ ਰਹਿਣ ਦੇ ਹਰ ਤਰ੍ਹਾਂ। ਤੋ ਇਹ ਮੈਂ ਸਮਝ ਕਿ ਸਾਡੇ ਮਾਤਾ ਜੀ ਉਹਨਾਂ ਦਾ ਇੱਕ ਤਾਂ ਧਾਰਮਿਕ ਬਿਰਤੀ ਦੇ ਬਹੁਤ ਸੀਗੇ ਜ਼ਿਆਦਾ, ਉਹ ਗੁਰਬਾਣੀ ਲਗਭਗ ਸਾਰੀਆਂ ਬਾਣੀਆਂ ਉਹਨੂੰ ਜ਼ਬਾਨੀ ਯਾਦ ਹੁੰਦੀਆਂ ਸੀ, ਅੰਮ੍ਰਿਤ ਛੱਕ ਲਿਆ ਸੀ ਉਹਨੇ ਬਚਪਨ ਵਿੱਚ 10 ਸਾਲ ਦੀ ਉਮਰ 'ਚ, ਅਤੇ 77 ਸਾਲ ਉਸ ਔਰਤ ਨੇ ਉਮਰ ਭੋਗੀ ਆ, 67 ਸਾਲ ਸਾਰੀਆਂ ਬਾਣੀਆਂ ਜਿਹੜੀਆਂ ਯਾਦ ਸੀ ਉਹ 'ਚ ਕਦੇ ਨਾਗਾ ਨਹੀਂ ਸੀ ਪਿਆ, ਉਹ ਬਿਮਾਰ ਹੋਣ ਕੁਛ ਹੋਣ ਖੁਸ਼ੀ ਹੋਵੇ ਕੁਛ ਉਹ ਬਾਣੀ ਹਮੇਸ਼ਾ ਮੂੰਹ 'ਤੇ ਚੱਲਦੀਆਂ ਸੀ। ਤੋ ਮੈਂ ਹਮੇਸ਼ਾ ਮੈਂ ਮੰਨਦਾ ਮੇਰੇ ਦੋਸਤ ਮਿੱਤਰ ਸਾਡੇ ਰਿਸ਼ਤੇਦਾਰ ਜਿਹੜੇ ਸਾਡੇ ਪਰਿਵਾਰ ਨੂੰ ਜਾਣਦੇ ਆ, ਮਾਤਾ ਜੀ ਨਾਲ ਮਿਲੇ ਸੀ, ਅਸੀਂ ਇਸ ਗੱਲ ਸਹਿਮਤ ਹਾਂ ਵੀ ਮੈਂ ਜੋ ਵੀ ਕਮਾਈ ਖਾ ਰਹੇ ਹਾਂ ਉਹਨਾਂ ਦੀ। ਜਿਦਾਂ ਤੁਹਾਨੂੰ ਕਿੰਨੇ ਸ਼ੇਅਰ ਯਾਦ ਰਹਿੰਦੇ ਹਨ ਨਾ, ਕਿਤੇ ਨਾ ਕਿਤੇ ਉਹਨਾਂ ਦਾ ਅੰਸ਼ ਜਿਹੜਾ ਬਿਲਕੁਲ ਉਹਨਾਂ 'ਚ ਸੀਗਾ, ਉਹ ਪੁਰਾਣੀਆਂ 5 ਪੜ੍ਹੇ ਹੋਏ ਸੀਗੇ, ਔਰ ਮੈਂ ਕਮਾਲ ਦੇ ਪੁਨੀਤਾ ਜੀ ਕਹਿੰਦਾ ਮੈਂ ਅਜੇ ਚਿੱਠੀਆਂ ਸਾਂਭ ਕੇ ਰਹੀ ਹਾਂ, ਜਿਹੜੀ ਹੈਂਡ ਰਾਈਟਿੰਗ ਸੀ ਨਾ ਇੰਨੀ ਖੁਸ਼ਕਤ ਸੀ, ਚਿੱਠੀ ਲਿਖਣੀ ਸਾਡੀ ਹੋਰ ਇੱਥੇ ਕਜ਼ਨ ਸਿਸਟਰ ਹੋਰ ਜਾਂਦੇ ਆ ਨਾ ਜਿਹੜੇ ਇੱਧਰ ਉਹ ਚੜ੍ਹਦੀਆਂ ਆਈਆਂ, ਉਹ ਕਹਿੰਦੀ ਸਾਡੀ ਮਾਮਾ ਦੀ ਬੇਟੀ ਕਹਿੰਦੀ ਮੈਂ ਭੂਆ ਜੀ ਦੀ ਚਿੱਠੀ ਆ, ਕਹਿੰਦੇ ਭਾਅ ਜੀ ਅਜੇ ਵੀ ਸਾਂਭ ਕੇ ਰੱਖੀਆਂ, ਕਹਿੰਦੇ ਕੱਲੀ ਬਹਿ ਕੇ ਪੜ੍ਹਦੀ ਹਾਂ, ਮੋਤੀ ਵਾਂਗੂ ਫਰੋਏ ਅੱਖਰ ਨਾ, ਯਾਦ ਬੜਾ ਰਹਿੰਦਾ ਸੀਗਾ ਨਾ, ਅਤੇ ਬਾਣੀ ਯਾਦ ਸੀਗੀ ਸਾਰਾ। ਅਤੇ ਉਹ ਆਈ ਥਿੰਕ ਉਹ ਕਿਤੇ ਨਾ ਕਿਤੇ ਉਹਨੇ ਜਿਹੜੀ ਉਹ ਉਸੀ ਮਾਲਕ ਦਾ ਨਾਮ ਲਿਆ
ਬਾਣੀ ਦਾ ਤੁਹਾਡੇ ਅੰਦਰ ਤੁਹਾਡੇ ਉਹ ਉਹ ਚੀਜ਼ ਮਤਲਬ ਮੈਂ ਤਾਂ ਗੁਨਾਹਗਾਰ ਕੁਛ ਨਹੀਂ ਕਰ ਸਕਿਆ ਤੇ ਬਟ ਉਹਨਾਂ ਦੀ ਕਮਾਈ ਜਿਹੜੀ ਨਾ ਉਹ ਮੈਂ ਅਸੀਂ ਖਾ ਰਹੇ ਹੁੰਦਾ ਜੀ ਬਿਲਕੁਲ ਤੇ ਉਹਨਾਂ ਦੇ ਆਸ਼ੀਰਵਾਦ ਬਾਕੀ ਭੈਣਾਂ ਭਰਾਵਾਂ ਦੇ ਪਰਿਵਾਰ ਦੀ ਸਪੋਰਟ ਹਮੇਸ਼ਾ ਤੇ ਵਾਈਫ ਮੇਰੇ ਪ੍ਰਭ ਦਿਆਲ ਤੇ ਉਹਨਾਂ ਦੀ ਸਪੋਰਟ ਮਤਲਬ ਕਿਉਂਕਿ ਕਿਉਂਕਿ ਜਦੋਂ ਆਪਾਂ ਫਿਰ ਬੰਦਾ ਵਿਆਹ ਹੋ ਜਾਂਦਾ ਨੈਚੁਰਲੀ ਫਿਰ ਉਹ ਇੱਕ ਜ਼ਿੰਮੇਵਾਰੀਆਂ ਕਬੀਲਦਾਰੀਆਂ ਹਨਾ ਜੀ ਹਾਂਜੀ ਤੇ ਫਿਰ ਇਹ ਇੱਕ ਆਪਾਂ ਸਾਰੇ ਗੱਲ ਸਮਝਦੇ ਹਾਂ ਵੀ ਤੁਹਾਡਾ ਲਾਈਫ ਪਾਰਟਨਰ ਹੈ ਜਿਹੜਾ ਹਸਬੈਂਡ ਔਰ ਵਾਈਫ ਹਨਾ ਤੁਹਾਡੇ ਕੰਮ 'ਚ ਜੇ ਸਪੋਰਟ ਨਹੀਂ ਕਰਦੇ ਤਾਂ ਤੁਸੀਂ 1% ਵੀ ਨਹੀਂ ਕਰ ਸਕਦੇ ਕੰਮ ਜੀ ਬਿਲਕੁਲ ਸੋ ਉਹਨਾਂ ਦੀ ਮਿਸਿਜ ਮੇਰੇ ਵੀ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਲੇਕਿਨ ਇਹਨਾਂ ਮੁਲਕਾਂ 'ਚ ਆਪਾਂ ਰਹਿੰਦੇ ਕਿੰਨੀ ਮੁਸ਼ਕਿਲ ਆ ਅਤੇ ਮੈਂ ਟੈਕਸੀ ਦਾ ਕੰਮ ਕਰਦਾ ਸੀ ਸ਼ੁਰੂ ਤੋਂ ਹਨਾ 4-5 ਸਾਲ ਅਤੇ ਉਦੋਂ ਮੈਨੂੰ ਇਹ ਹੁੰਦਾ ਵੀ ਰਿਹਰਸਲ ਕਰਨੀ ਪ੍ਰੈਕਟਿਸ ਕਰਨੀ ਕੁਝ ਨਵਾਂ ਲਿਖਣਾ ਗਾਉਣਾ ਪਰਫੋਰਮ ਕਰਨਾ ਸ਼ੁਰੂ ਹਨਾ ਉਹ ਕਿੰਨਾ ਕੁਛ ਹੁੰਦਾ ਸੀਗਾ ਪਰ ਉਸ ਲੇਡੀ ਨੇ ਮਤਲਬ ਮੈਂ ਅਜੇ ਵੀ ਜੇ ਉਹ ਨਾ ਇੰਨਾ ਸਾਥ ਦਿੰਦੇ ਤਾਂ ਪੱਕੀ ਗੱਲ ਮੈਂ ਸਿੰਗਿੰਗ 'ਚ ਨਹੀਂ ਸੀ ਆ ਸਕਣਾ ਉਹਨਾਂ ਨੇ ਬਹੁਤ ਮੁਸ਼ਕਿਲ ਕੱਟੀ ਆ ਅਤੇ ਬੜਾ ਸਾਥ ਦਿੱਤਾ ਇਹਨਾਂ ਨੇ ਅਤੇ ਉਹ ਸਮਝਦਾ ਇਹ ਔਰਤਾਂ ਦਾ ਵਾਕਈ ਬਹੁਤ ਵੱਡਾ ਯੋਗਦਾਨ ਜੀ ਅਤੇ ਫਿਰ ਕੋਈ ਸ਼ੇਅਰ ਹੁਣ ਇੱਕ ਅੱਧਾ ਦੇ ਵੀ ਲਾਈਵ 6 ਦੇ ਵਿੱਚੋਂ ਹੋ ਜੇ ਜੀ 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 ਲਾਈਵ 6 ਵਿੱਚ ਹਾਂਜੀ ਅਲੱਗ ਅਲੱਗ ਮਤਲਬ ਵੇਰੀਏਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਅਤੇ ਇਹਦੇ ਵਿੱਚ ਇੱਕ ਸ਼ੇਅਰ ਥੋੜ੍ਹਾ ਉਹਨੂੰ ਪੋਲੀਟੀਕਲ ਸਟਾਇਰ ਕਹਿ ਸਕਦੇ ਹਾਂ ਕੁਛ ਸੋਸ਼ਲ ਰਿਲੇਟਡ ਹੈਗਾ ਕਿ ਲੋਕਾਂ ਵਿੱਚ ਮੁਹੱਬਤ ਹੈ ਲੋਕਾਂ ਵਿੱਚ ਮੁਹੱਬਤ ਹੈ ਪਰ ਇਹ ਰਹਿਣ ਨਹੀਂ ਦਿੰਦੇ ਕੁਰਸੀ ਵਾਲੇ ਥੱਲੇ ਵਾਲਿਆਂ ਨੂੰ ਬਹਿਣ ਨਹੀਂ ਦਿੰਦੇ ਬੰਬਾਂ ਬੰਦੂਕਾਂ ਦਾ ਧੂੰਆਂ ਅੰਬਰ ਪਲੀਤ ਕਰ ਛੱਡਿਆ ਗੰਧਲੀ ਹਵਾ ਵਿੱਚ ਵੀ ਸਾਹ ਉੱਚਾ ਲੈਣ ਨਹੀਂ ਦਿੰਦੇ ਕਹਿੰਦਾ ਇਹਨਾਂ ਦਾ ਧਰਮ ਹੈ ਕਿਹੜਾ ਕਿਸੇ ਨੂੰ ਸਮਝ ਨਾ ਆਉਂਦੀ ਮੰਦਰ ਬਣ ਨਹੀਂ ਦਿੰਦੇ ਅਤੇ ਮਸਜਿਦ ਰਹਿਣ ਨਹੀਂ ਦਿੰਦੇ ਰੱਜ ਕੇ ਜੀਣ ਦੀ ਨਹੀਂ ਰੱਜ ਕੇ ਜੀਣ ਦੀ ਨਹੀਂ ਭੁੱਖੇ ਮਰਨ ਦੀ ਇਜਾਜ਼ਤ ਹੈ ਭੁੱਖ ਨੇ ਸੂਤੀਆਂ ਨਾੜਾਂ ਅਤੇ ਰੌਲਾ ਪੈਣ ਨਹੀਂ ਦਿੰਦੇ ਦੇਬੀ ਫਾਲਤੂ ਗੱਲਾਂ ਦੇ ਵਿੱਚ ਉਲਝਾਈ ਰੱਖਦੇ ਨੇ ਅਸਲੀ ਮਸਲੇ ਵੱਲ ਲੋਕਾਂ ਦੀ ਨਜ਼ਰ ਪੈਣ ਨਹੀਂ ਦਿੰਦੇ ਬਹੁਤ ਖੂਬ ਸੱਚਾਈ ਜੀ ਜੀ ਬਿਲਕੁਲ ਸਾਡੀ ਜਿਹੜੀ ਸਮਾਜਿਕ ਜਿਹੜਾ ਚੱਲ ਰਿਹਾ ਆ ਸਾਹਮਣਾ ਕਰਦੇ ਜੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਅੱਜ ਕੱਲ੍ਹ ਬਣ ਚੁੱਕਿਆ ਜਿੱਦਾਂ ਜਦੋਂ ਤੁਸੀਂ ਸਟਾਰਟ ਕੀਤਾ ਕੈਰੀਅਰ ਉਦੋਂ ਸੋਸ਼ਲ ਮੀਡੀਆ ਇੰਨਾ ਪ੍ਰਫੁੱਲਤ ਨਹੀਂ ਸੀਗਾ ਤੇ ਅੱਜ ਕੱਲ੍ਹ ਕੋਈ ਵੀ ਬੰਦਾ ਉੱਠ ਕੇ ਵੀਡੀਓ ਬਣਾਉਂਦਾ ਹੈ ਤਾਂ ਯੂਟਿਊਬ 'ਤੇ ਪਾ ਦਿੰਦਾ ਫੇਸਬੁੱਕ 'ਤੇ ਪਾ ਦਿੰਦਾ ਨਾ ਪ੍ਰਮੋਟ ਹੋਣ ਦਾ ਆਸਾਨ ਤਰੀਕਾ ਹੋ ਗਿਆ ਹੈ ਨਾ ਤੁਸੀਂ ਇਹ ਕੀ ਸਮਝਦੇ ਹੋ ਇਹ ਪੋਜ਼ਿਟਿਵ ਪੁਆਇੰਟ ਆ ਜਾਂ ਕਿਉਂਕਿ ਹੋਰ ਵੀ ਬਹੁਤ ਕੁਛ ਆ ਰਿਹਾ ਜਿਹੜਾ ਸਾਡੇ ਸਾਹਿਤ ਲਈ ਨਹੀਂ ਠੀਕ ਹੈਗਾ ਜੀ ਜੀ ਬਿਲਕੁਲ ਤੇ ਇਹ ਕੀ ਤੁਹਾਨੂੰ ਕੀ ਲੱਗਦਾ ਹੈ ਪੋਜ਼ਿਟਿਵ ਆ ਇਹ ਪੁਆਇੰਟ ਜਾਂ ਸਾਡੇ ਸਾਹਿਤ ਲਈ ਨੈਗੇਟਿਵ ਸਾਬਤ ਹੋ ਰਿਹਾ ਇਹ ਦੇਖੋ ਇਦਾਂ ਵੀ ਸੋਸ਼ਲ ਮੀਡੀਆ ਹੁਣ ਪਾਪੂਲਰ ਬਹੁਤ ਆ ਜੀ ਇਹਦਾ ਜ਼ੋਰ ਬਹੁਤ ਆ ਨੋ ਡਾਊਟਸ ਕੋਈ ਖੇਤਰ ਕੋਈ ਏਰੀਆ ਕੋਈ ਮੁਲਕ ਕੋਈ ਥਾਂ ਇਹ ਤੋਂ ਅਣਭਿੱਜ ਨਹੀਂ ਹੈਗਾ ਜਿੱਥੇ ਇਹਦਾ ਰੀਚ ਨਹੀਂ ਹੈਗੀ ਨਾ ਤੋ ਉਹ ਗੱਲ ਜੀ ਆਪਾਂ ਪੋਜ਼ਿਟਿਵ ਵੇ ਨਾਲ ਲੈਂਦੇ ਹਾਂ ਕੋਈ ਕੰਮ ਜਿਹੜੀ ਆਪਾਂ ਨੂੰ ਸਾਨੂੰ ਹੈਲਪਫੁਲ ਹੁੰਦੀ ਆ ਉਹ ਚੰਗੀ ਆ ਹੈ ਜੇ ਆਪਾਂ ਇੱਕ ਚੰਗੀ ਚੀਜ਼ ਪ੍ਰਮੋਟ ਕਰਦੇ ਹਾਂ ਚੰਗਾ ਮੈਸੇਜ ਦਿੰਦੇ ਹਾਂ ਹੁਣ ਜੇ ਆਪਾਂ ਕੋਈ ਨਫ਼ਰਤ ਵਾਲੀਆਂ ਗੱਲਾਂ ਕਰਨੀਆਂ ਉਹ ਚੀਜ਼ ਤਾਂ ਕਹਿੰਦਾ ਵੀ ਬੰਦੂਕ ਗੋਲੀ ਨੇ ਤਾਂ ਆਪਣਾ ਕੰਮ ਕਰਨਾ ਬੰਦੂਕ ਜਿਹੜੀ ਪਾਤੀ ਜਦੋਂ ਚਲਾ ਤਾਂ ਉਹ ਫਾਇਰ ਕਰ ਦੇਣਾ ਹੈ ਤੋ ਆਈ ਥਿੰਕ ਜਿਹੜੀਆਂ ਆਪਾਂ ਕੋਈ ਨੈਗੇਟਿਵ ਗੱਲਾਂ ਕਰਦੇ ਨੈਗੇਟਿਵਿਟੀ ਦਾ ਪ੍ਰਚਾਰ ਆ ਉਹ ਮਾੜਾ ਉਹ ਸਮਾਜ ਲਈ ਮਾੜਾ ਕਹਿੰਦਾ ਸਾਨੂੰ ਵੈਸੇ ਹੀ ਤੁਹਾਨੂੰ ਨੈਗੇਟਿਵਿਟੀ ਇੱਕ ਤੁਹਾਨੂੰ ਇੱਕ ਪੋਲੂਸ਼ਨ ਤੁਹਾਨੂੰ ਅੰਦਰ ਕਰਦੇ ਹੈਗੇ ਨਾ ਨੈਗੇਟਿਵ ਚੀਜ਼ਾਂ ਆਪਾਂ ਦੇਖਦੇ ਸਾਨੂੰ ਅਤੇ ਉਹੋ ਜਿਹੇ ਪਿਆਰ ਮੁਹੱਬਤ ਦੀਆਂ ਗੱਲਾਂ ਚੰਗੀਆਂ ਗੱਲਾਂ ਸਾਹਿਤਕ ਗੱਲਾਂ ਇੱਕ ਮਤਲਬ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ ਗੱਲਾਂ ਦੇਸ਼ ਭਗਤੀ ਦੀਆਂ ਗੱਲਾਂ ਪੈਟਰੀਓਟ ਮਤਲਬ ਜੋ ਵੀ ਜ਼ਿੰਦਗੀ ਨਾਲ ਰਿਲੇਟਡ ਜ਼ਿੰਦਗੀ ਨੂੰ ਸਕੂਨ ਦੇਣ ਵਾਲੇ ਜਾਂ ਮੁਹੱਬਤ ਦੇ ਪੈਗਾਮ ਆ ਇਹ ਜਿੰਨੇ ਭੇਜਦੇ ਉਹ ਫੈਲਦੇ ਆ ਉਹ ਚੰਗੀ ਗੱਲ ਹੈ ਅਤੇ ਉਹਦੇ ਵਿੱਚ ਜੇ ਆਪਾਂ ਕੁਛ ਵੀ ਹੁਣ ਜੋ ਆਪਾਂ ਮਨ ਆਇਆ ਵੀ ਜਸਟ ਆਪਣੇ ਆਪ ਨੂੰ ਉਹ ਕਰਨ ਲਈ ਹਾਂਜੀ ਕਿਸੇ ਨੂੰ ਨਿੰਦਿਆ ਕਰਨ ਲਈ ਹਨਾ ਅਤੇ ਇੱਕ ਜ਼ਫਰ ਗੋਰਖਪੁਰੀ ਸਾਹਿਬ ਦਾ ਸ਼ੇਅਰ ਹੈ ਕਹਿੰਦੇ ਇੱਕ ਉਹ ਕਹਿੰਦੇ ਇਸ ਤਰ੍ਹਾਂ ਖੁਦ ਕੋ ਮਸ਼ਹੂਰ ਕੀਆ ਹੈ ਮੈਨੇ ਇਸ ਤਰ੍ਹਾਂ ਖੁਦ ਕੋ ਮਸ਼ਹੂਰ ਕੀਆ ਹੈ ਮੈਨੇ ਕਿ ਇੱਕ ਆਪਣੇ ਸੇ ਬੜੇ ਆਦਮੀ ਕੋ ਗਾਲੀ ਦੀ ਹੈ ਉਹ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਪਾਪੂਲਰ ਹੋਣ ਲਈ ਆਪਾਂ ਕੁਛ ਵੀ ਕਹਿ ਦਈਏ ਕੁਛ ਵੀ ਕਰ ਦਈਏ ਹਾਂ ਵੇਖੋ ਲੋਕਾਂ 'ਚ ਹਲਚਲ ਹੋ ਜਾਣੀ ਆ ਨਹੀਂ ਉਹ ਤਾਂ ਮਾੜੀ ਆ ਸੋਸਾਇਟੀ ਲਈ ਵੀ ਮਾੜੀ ਆ ਅੱਜ ਤੱਕ ਉਹ ਜਿਹੜਾ ਕਰਦਾ ਉਹਦਾ ਵੀ ਤਵਾਜ਼ਨ ਮੇਰੇ ਖਿਆਲ ਠੀਕ ਨਹੀਂ ਹੋਣਾ ਜਿਹੜੇ ਪੜ੍ਹਦੇ ਉਹ ਵੀ ਬਖਲਾ ਜਾਂਦੇ ਯਾਰ ਆਹ ਕੀ ਹੋ ਗਿਆ ਜੀ ਉਹ ਇਹ ਪੋਜ਼ਿਟਿਵ ਗੱਲਾਂ ਜਿਹੜੀਆਂ ਆਪਾਂ ਕਰੀਏ ਤਾਂ ਮੇਰੇ ਖਿਆਲ ਚੰਗੇ ਸਵਾਲ ਤਾਂ ਬਹੁਤ ਸਾਰੇ ਆ ਪਰ ਟਾਈਮ ਸਾਨੂੰ ਇਜਾਜ਼ ਥੋੜ੍ਹੀ ਘੱਟ ਦੇ ਰਿਹਾ ਆ ਅਤੇ ਇੱਕ ਲਾਸਟ ਸਵਾਲ ਕਿ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਜਿਹੜੇ ਡ੍ਰੀਮ ਸੀਗੇ ਸਾਰੇ ਹੈ ਨਾ ਤੁਹਾਡੇ ਖੁਆਬ ਜੋ ਵੀ ਤੁਸੀਂ ਇਸ ਲਾਈਨ ਨੂੰ ਲੈ ਕੇ ਦੇਖੇ ਜਾਂ ਹੋਰ ਕੋਈ ਵੀ ਸਾਰੇ ਪੂਰੇ ਹੋ ਗਏ ਆ ਜਾਂ ਹਜੇ ਕੁਝ ਨਾ ਕੁਝ ਅਧੂਰੇ ਕਿਤੇ ਨਾ ਕਿਤੇ ਤੁਹਾਨੂੰ ਝੰਜੋੜ ਰਹੇ ਆ ਨਹੀਂ ਜੀ ਪੂਰਾ ਤਾਂ ਨਹੀਂ ਮੇਰੇ ਖਿਆਲ ਇਨਸਾਨ ਕਦੇ ਵੀ ਸੰਪੂਰਨ ਨਹੀਂ ਹੁੰਦਾ ਹੈ ਨਾ ਜੀ ਕਿਉਂਕਿ ਹੋਣਾ ਚਾਹੀਦਾ ਵੀ ਨਹੀਂ ਜੀ ਜੀ ਜਦੋਂ ਮਤਲਬ ਇੱਕ ਖੜੋਤ ਆ ਗਈ ਫਿਰ ਲੱਗਦਾ ਵੀ ਮੈਂ ਤਾਂ ਹੁਣ ਸਭ ਕੁਛ ਕਰ ਲਿਆ ਤਾਂ ਫਿਰ ਤਾਂ ਉਹ ਬੰਦਾ ਇੱਕਦਮ ਢੇਰੀ ਢਾ ਕੇ ਬਹਿ ਗਿਆ ਜਦੋਂ ਠੀਕ ਆ ਪਰ ਚਲੋ ਮੈਂ ਤਾਂ ਮੈਨੂੰ ਲੱਗਦਾ ਨਹੀਂ ਐਡਾ ਕੁਛ ਕੀਤਾ ਨਹੀਂ ਹਾਲੇ ਤੱਕ ਅਤੇ ਜੋ ਵੀ ਹੈ ਪਰ ਹੁਣ ਇਹ ਇੱਕ ਲਾਈਨ ਹੈ ਇੱਕ ਇਹ ਇਹਦੇ ਇੱਕ ਟਰੈਕ ਮਿਲਿਆ ਹੋਇਆ ਕੁਦਰਤ ਵੱਲੋਂ ਇਸ ਇਹ ਮਤਲਬ ਸ਼ੌਕ ਜ਼ੌਕ ਸਾਰਾ ਕੁਛ ਪੈਸ਼ਨ ਸੀ ਹੈ ਨਾ ਔਰ ਉੱਥੇ ਮਾਲਕ ਦੀ ਕਿਰਪਾ ਨਾਲ
ਚੱਲੇ ਜਾ ਰਹੇ ਹਾਂ ਔਰ ਲੋਕਾਂ ਦਾ ਪਿਆਰ ਮਿਲ ਰਿਹਾ, ਉਹਦਾ ਆਸ਼ੀਰਵਾਦ ਹੈ। ਅਤੇ ਇਹ ਆ ਵੀ ਇਹ ਜਨੂੰਨ ਹੈ ਮਨ 'ਚ, ਇੱਕ ਬਹੁਤ ਚਿਣ ਗਿਆ ਵੀ ਮਿਹਨਤ ਹੋਰ ਕਰੀਏ, ਜਿੰਨਾ ਕੁ ਹੋਰ ਮਤਲਬ ਕੋਈ ਅੱਛੀ ਗੱਲ ਲਿਖ ਸਕੀਏ, ਸੁਰ 'ਚ ਗਾ ਸਕੀਏ, ਚੰਗਾ ਪਰਫੋਰਮ ਕਰ ਸਕੀਏ, ਲੋਕਾਂ ਨੂੰ ਖੁਸ਼ੀ ਦੇ ਸਕੀਏ, ਔਡੀਅੰਸ ਨੂੰ ਜਿੰਨਾ ਕਿ ਮਤਲਬ ਅਸੀਂ ਆਪਣੇ ਵੱਲੋਂ ਸਕੂਨ ਦੇ ਸਕੀਏ, ਤਾਂ ਉਹ ਲੱਗਦਾ ਵੀ ਸਾਡੇ ਮਤਲਬ ਉਹ ਕੋਈ ਘੜੀਆਂ ਲੇਖੇ ਲੱਗਣ ਵਾਲੀ ਗੱਲ ਆ, ਹੈ ਨਾ ਜੀ। ਜੀ, ਅਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਮੈਸੇਜ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਨਹੀਂ ਜੀ, ਬਸ ਮੈਸੇਜ ਤਾਂ ਕੀ ਆ, ਸਭ ਦਾ ਸਤਿਕਾਰ, ਸਭ ਨੂੰ ਪਿਆਰ, ਸਭ ਨੂੰ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਲਈ ਦੁਆਵਾਂ ਕਰਦੇ ਕਿ ਮਾਲਕ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ, ਖੁਸ਼ੀਆਂ ਮਿਲਣ ਸਾਰਿਆਂ ਨੂੰ, ਸਿਹਤਾਂ ਠੀਕ ਰਹਿਣ, ਘਰਾਂ 'ਚ ਸੁੱਖ ਸ਼ਾਂਤੀ ਰਹੇ, ਅਤੇ ਰਿਜ਼ਕ 'ਚ ਮਾਲਕ ਵਾਧਾ ਕਰੇ, ਅਤੇ ਸਾਡੀਆਂ ਦੁਆਵਾਂ ਨੇ, ਸਾਡਾ ਸਤਿਕਾਰ ਹੈ ਸਾਰਿਆਂ ਲਈ। ਜੀ, ਸਾਡੇ ਸਟੂਡੀਓ 'ਚ ਆਉਣ ਲਈ ਦੇਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਉਮੀਦ ਕਰਦੇ ਹਾਂ ਫਿਰ ਜਲਦੀ ਹੀ ਗੱਲ ਕਰਕੇ, ਅਤੇ ਅਗੇਨ ਤੁਹਾਡੀ ਸਾਰੀ ਟੀਮ ਦਾ, ਹਮਦਰਦ ਅਦਾਰੇ ਦਾ ਅਤੇ ਭੁੱਲਰ ਸਾਹਿਬ ਦਾ ਖਾਸ ਤੌਰ 'ਤੇ ਸ਼ੁਕਰਾਨਾ, ਅਤੇ ਫਿਰ ਕਿਤੇ ਮੌਕਾ ਮਿਲੇ ਇਸ ਤਰ੍ਹਾਂ ਗੱਲਾਂ ਕਰਾਂਗੇ, ਚੰਗਾ ਲੱਗਾ ਜੀ। ਸਤਿ ਸ਼੍ਰੀ ਅਕਾਲ। ਨਾ ਤਾਂ ਦਿਲ ਨੇ ਠੋਕਰ ਖਾਧੀ ਅਤੇ ਨਾ ਕੋਈ ਦਰਦ ਹੰਡਾਵਾਂ, ਨਾ ਤਾਂ ਦਿਲ ਨੇ ਠੋਕਰ ਖਾਧੀ ਨਾ ਕੋਈ ਦਰਦ ਹੰਡਾਵਾਂ, ਫਿਰ ਕਿਉਂ ਪੁਨੀਤ ਅੱਖਾਂ 'ਚ ਹੰਝੂ ਜੋ ਮੁੜ ਮੁੜ ਪੂੰਜੀ ਜਾਵਾਂ। ਦੋਸਤੋ, ਇਹਨਾਂ ਲਾਈਨਾਂ ਨਾਲ ਮੈਨੂੰ ਦਿਓ ਇਜਾਜ਼ਤ, ਕਿਸੇ ਹੋਰ ਗਾਇਕੀ ਦੇ ਮਗਦੇ ਸੂਰਜ ਨਾਲ ਫਿਰ ਜਲਦੀ ਹੀ ਮੁਲਾਕਾਤ ਹੋਵੇਗੀ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।